ਸਾਰੇ ਵਿਦਿਆਰਥੀਆਂ ਨੂੰ ਸਤਿ ਸ੍ਰੀ ਅਕਾਲ ਇਹ ਟੌਪਿਕ ਸ਼ੁਰੂ ਕਰਵਾਉਣ ਤੋਂ ਪਹਿਲਾਂ ਇਹਨਾਂ ਵੀਡੀਓ ਲੈਕਚਰ ਦੇ ਨਾਲ ਇਸ ਟੌਪਿਕ ਦੀ ਪੀਡੀਐਫ ਵੀ ਨਾਲ ਭੇਜ ਰਿਹਾ ਹਾਂ ਪਹਿਲਾਂ ਪੀਡੀਐਫ ਉਤਾਰ ਲੈਣੀ ਹੈ ਬਾਅਦ ਚ ਵੀਡੀਓ ਲੈਕਚਰ ਦੇਖ ਕੇ ਨਾ ਨਾ ਸੁਣ ਕੇ ਟੌਪਿਕ ਸਮਝ ਲੈਣਾ ਹੈ ਜੋ ਆਪਣਾ ਅੱਜ ਦਾ ਟੌਪਿਕ ਹੈ ਨੰਮੈਰੀਕਲ ਮੈਥਡ ਬੁੱਕ ਦਾ ਗਾਜ਼ ਫਾਰਵਰਡ ਫਾਰਮੂਲਾ ਇਕੱਲਾ ਫਾਰਵਰਡ ਹੈ ਫਾਰਵਰਡ ਡਿਫਰੈਂਸ ਨਹੀਂ ਇਕੱਲਾ ਫਾਰਵਰਡ ਇਕ ਗੋਜ਼ ਫਾਰਵਰਡ ਫਾਰਮੂਲਾ ਕਰਨਾ ਆਪਾਂ ਨੇ ਇੱਕ ਗੋਜ਼ ਬੈਕਵਰਡ ਫਾਰਮੂਲਾ ਕਰਨਾ ਇੱਕ ਹੋਰ ਸਟਰਲਿੰਗ ਫਾਰਮੂਲਾ ਇਹ ਤਿੰਨ ਫਾਰਮੂਲੇ ਆਪਾਂ ਨੇ ਅੱਜ ਕਰਨੇ ਹੈਗੇ ਨੇ ਇਹਨਾਂ ਫਾਰਮੂਲ ਦੇ ਚੋਟਾ ਕਨਸੈਪਟ ਯੂਜ਼ ਹੋਣਾ ਹੈਗਾ ਉਹ 3A ਐਕਸਰਸਾਈਜ਼ ਦੇ ਕੁਝ ਕੁਐਸਚਨ ਨੇ ਮੈਂ ਕੁਐਸਚਨ ਸੋਲਵ ਹੋ ਜਾਣਗੇ 3A ਐਕਸਰਸਾਈਜ਼ ਦੇ ਨਾਲੇ ਕਨਸੈਪਟ ਸਮਝ ਆ ਜਾਵੇਗਾ तो पहला मैं करवा उ करवाया थ्री एक्साज थ्री ए एक्सरसाइज से कुछ क्वेश्चन उन्हें कंसैप्ट जो आप अगे यूज करना है फिर प्रूव कर लगे एक शिफ्ट ओपरेटर होंगे अपने को आप ई पावर आर ई पावर वन ई पावर थ्री जो मर्जी लैसते शिफ्ट ओपरेटर मीनस यद मतलब क्यों होंगे जे आप, आप ਮੇਰੇ ਵਿੱਚ e ਦੀ ਪਾਵਰ r ਵਾਈਨ ਕਰਾਂ ਸ਼ਿਫਟ ਬ੍ਰੇਟਰ ਕੀ ਹੈਗਾ ਉਹਨੂੰ ਸ਼ਿਫਟ ਕਰ ਦੇਗਾ n ਨੂੰ n r ਚ ਸ਼ਿਫਟ ਕਰ ਦੇਗਾ ਜਿੰਨੀ e ਦੀ ਪਾਵਰ ਹੋਊਗੀ ਉਨੀ y ਦੇ n ਵਿੱਚ ਐਡ ਹੋਏਗੀ ਜਿਵੇਂ ਉਹ e ਦੀ ਪਾਵਰ 1 ਇਹਨੂੰ n ਚ ਐਡ ਕੀਤਾ ਇਹ n 1 ਬਣ ਗਿਆ ਇਹ e ਦੀ ਪਾਵਰ 3 ਇਹਨੂੰ n ਚ ਐਡ ਕੀਤਾ ਇਹ n 3 ਹੋ ਜਾਏਗਾ a 2 ਲੈ ਆਪਾਂ ਨੇ ਇਹਨੂੰ n ਵਿੱਚ ਐਡ ਕੀਤਾ n 2 ਹੋ ਜਾਏਗਾ ਇਹ ਕੋਈ ਕੰਪਲਸਰ ਨਹੀਂ ਹੈਗੀ ਕਿ ਪਾਵਰ ਜਿਹੜੀ ਹੈਗੀ ਆ ਉਹ ਹਮੇਸ਼ਾ ਪੋਜ਼ਿਟਿਵ ਹੋਵੇ ਕੁਝ ਵੀ ਹੋ ਸਕਦੀ ਆ ਪਾਵਰ 네ਗੇਟਿਵ ਪੋਜ਼ਿਟਿਵ ਜੋ ਮਰਜੀ ਆ ਸਕਦੀ ਹੈ ਮੋਸਟਲੀ ਇਹ ਵਾਲਾ ਆਪਰੇਟਰ ਆਪਾਂਗੇ ਜਾ ਯੂਜ਼ ਕਰਨਾ ਥਿਊਰਮਾ ਦੇ ਵਿੱਚ ਆਪਾਂ ਇਹੀ ਆਪਰੇਟਰ ਸ਼ਿਫਟ ਆਪਰੇਟਰ ਹੀ ਯੂਜ਼ ਕਰਨਾ ਆਪਾਂ ਅਗਲੇ ਤਾਂ ਚਲੋ ਕੁਐਸਚਨ ਸੋਲਵ ਕਰਵਾਣੇ ਆ ਤਾਂ ਅਗਲੇ ਆਪਰੇਟਰ ਦੱਸ ਰਹੇ ਹਾਂ ਇੱਕ ਸੈਂਟਰਲ ਡਿਫਰੈਂਸ ਹੁੰਦਾ ਹੈਗਾ ਇਹ ਜਸਟ ਨਾਮ ਹੀ ਨੇ ਡੈਲਟਾ ਡੈਲਟਾ ਕੀ ਹੁੰਦਾ ਹੁੰਦਾ ਇਹਦੇ ਵਿੱਚ ਪਹਿਲਾਂ ਯਰ ਡੈਲਟਾ ਯਰ ਹੁੰਦਾ ਪਹਿਲਾਂ ਇਹ ਚ ਹਾਫ ਐਡ ਕਰਨਾ ਫਿਰ ਹਾਫ ਆਰ ਵਿੱਚ ਸਬਟ੍ਰੈਕਟ ਕਰਨਾ ਹੈਗਾ ਫਿਰ ਬਾਅਦੋਂ ਸਬਟ੍ਰੈਕਟ ਕਰਨਾ ਆਪ ਕੋ ਇਸ ਡਿਫਰੈਂਸ ਨੂੰ ਜਿਵੇਂ ਡੈਲਟਾ ਯ ਹਾਫ ਇਹ ਬਸ ਨਮੈਕਲ ਵਾਸਤੇ ਹੈ ਯੂਜ਼ ਘੱਟ ਹੀ ਹੋਏਗਾ ਡੈਲਟਾ ਹਾਫ ਪਹਿਲਾਂ ਹਾਫ ਇਹ ਚ ਐਡ ਕਰਨਾ ਹਾਫ ਲੈ ਸਾਬਨ ਹੋ ਜਾਏਗਾ ਫਿਰ ਹਾਫ ਇਹ ਚੋਂ ਸਬਟ੍ਰੈਕਟ ਕੀਤਾ ਇਹ ਜ਼ੀਰੋ ਆ ਜਾਏਗਾ ਚਲੋ ਇਹ 2 ਨੇ 1 ਹੋਰ ਚਲੋ ਉਹ ਵੀ ਆਪਾਂ ਦੇਖਦੇ ਹਾਂ ਕਿ ਆਪਾਂ ਨੇ ਹੁਣ ਇਹ ਨੰਮੈਰੀਕਲ ਹੈਗਾ 3 ਐਕਸਰਸਾਈਜ਼ ਦਾ 11 ਦਾ ਫਰਸਟ ਪਾਰਟ ਆ ਇਹ ਗੱਲ ਸ਼ੋ ਕਰਨੀ ਆ ਆਪਾਂ ਕਹਾਂਗੇ ਆਪਾਂ ਇਹਨੂੰ ਵੀ ਡੈਲਟਾ ਇਹ ਵੀ ਡੈਲਟਾ ਉਸੇ ਫਾਰਵਰਡ ਵਾਲਾ ਹੈਗਾ ਇਹ ਬੈਕਵਰਡ ਡੈਲਟਾ ਨਾਮ ਦੋਨਾਂ ਡੈਲਟਾ ਡੈਲਟਾ ਇਹ ਵੀ ਡੈਲਟਾ ਹੈ ਵੀ ਡੈਲਟਾ ਤੇ ਬੋਲਾਂਗੇ ਦੋ ਹੁਣ ਡੈਲਟਾ ਬੋਲਾਂਗੇ ਹੂੰ ਵੈਸੇ ਇਹ ਫਾਰਵਰਡ ਵਾਲਾ ਡੈਲਟਾ ਹੈਗਾ ਇਹੇ ਬੈਕਵਰਡ ਵਾਲਾ ਹੈਗਾ ਤੇ ਇਹਨਾਂ ਫਾਰਵਰਡ ਡੈਲਟਾ ਦੋਨੇ ਮਲਟੀਪਲਾਈ ਕਰਾਂਗੇ ਇਹ ਇਕੁਇਵਲੈਂਟ ਹੋਊਗਾ ਡੈਲਟਾ ਮਾਈਨਸ ਡੈਲਟਾ ਦੇ ਇਹ ਗੱਲ ਆਪਾਂ ਸ਼ੋਅ ਕਰਨੀ ਹੈਗੀ ਇੱਕ ਥੋੜੀ ਜਿਹੀ ਗੱਲ ਹੋਰ ਸਮਝ ਲੈਣੀ ਹੈਗੀ ਜਿਵੇਂ ਬੁੱਕ ਦੇ ਵਿੱਚ ਕੁਸਚਨ ਇਦਾਂ ਪਾਇਆ ਹੈਗਾ ਡੈਲਟਾ ਡੈਲਟਾ ਇਜ਼ ਇਕੁਅਲ ਟੂ ਡੈਲਟਾ ਮਾਈਨਸ ਡੈਲਟਾ ਉਹਦੇ ਚ ਇਕੁਅਲ ਟੂ ਪਾਇਆ ਹੈ ਉਹਰੇ ਇਦਾਂ ਪਾਇਆ ਆਪਣੇ ਇਕੁਇਵੈਲੈਂਟ ਵੈਸੇ ਇਕੁਇਵੈਲੈਂਟ ਸਹੀ ਹੈ ਜਿੱਥੇ ਆਪਰੇਟਰ ਹੋਣ ਡੈਲਟਾ ਹੀ ਕੋਪਰੇਟਰ ਹੈਗਾ ਉਹਦੇ ਚ ਇਕੁਇਵੈਲੈਂਟ ਹੀ ਪਾ ਲਵੋ ਤਾਂ ਚੰਗੀ ਗੱਲ ਬਾਕੀ ਤੁਹਾਡੀ ਮਰਜ਼ੀ ਇਸ ਤਰ੍ਹਾਂ ਮਰਜ਼ੀ ਪਾ ਲਓ ਹੁਣ ਇਹ অপারেਟਰ ਦੋਨੇ ਆਪਸ ਇਕੁਅਰੈਂਸ ਇਕੁਅਰੈਂਸ ਸ਼ੋ ਕਰਨੇ ਇਕੁਅਰੈਂਸ ਮਤਲਬ ਕੀ ਕਿਸੇ ਉੱਪਰ ਵੀ ਆਪਾਂ ਲਾਵਾਂਗੇ ਇਹ ਵਾਲਾ অপারেਟਰ ਆਨਸਰ ਦੋਨੇ ਸੇਮ ਦੇਣਗੇ ਜੇ YR ਉੱਪਰ ਇਹ ਵਾਲਾ অপারেਟਰ ਆਪਾਂ YR ਦੇ ਉੱਪਰ ਲਾਵਾਂਗੇ ਤੇ ਇਹੀ ਵਾਲਾ অপারেਟਰ ਫੇਰ YR ਦੇ ਉੱਪਰ ਲਾਵਾਂ ਦੋਨਾਂ ਦਾ ਆਨਸਰ ਸੇਮ ਹੋਊਗਾ ਇਕੁਅਰੈਂਸ ਦਾ ਮਤਲਬ ਇਹ ਹੁੰਦਾ ਕਿ ਕੋਈ ਚੀਜ਼ ਹੈ ਜੇ ਦੋਨੇ ਆਪਾਂ YR ਦੇ ਉੱਪਰ ਲਗਾਵਾਂਗੇ ਦੋਹਾਂ ਦਾ ਆਨਸਰ ਸੇਮ ਹੋਊਗਾ ਚਲੋ ਫਿਰ ਆਪਾਂ ਨੇ ਲੈਫਟ ਹੈਂਡ ਸਾਈਡ ਜਿਹੜੀ ਦੋਨੇ ਇਕੁਅਰ ਸ਼ੋ ਕਰਨੇ ਬਾਕੀ ਕੰਮ ਸੌਖਾ ਹੀ ਹੈ पहला आपको फै बैकवर्ड लिया बैकवर्ड आप पता है कि ये पिछला माइनस करना होंगे ये पिछला माइनस करना बैकवर्ड कहने आप डेल्टा डेल्टा अंदर मल्टीप्लाई कर लिया आह आ गया ए फॉरवर्ड डेल्टा है ये अगले चो माइनस करा इस अगे तो की होगा वाई आर प्लस वन चो माइनस करा फॉर्म लेने य तो अगला होगा वाई आर माइनस वन तो पहला वाई आर होगा उसट करना हैगाव्व कर लिया अपना आंसर ही आ गया ਤੇ ਰਾਈਟ ਹੈਂਡ ਸਾਈਡ ਲਈ ਆਪਾਂ ਨੇ YR YR ਨੂੰ ਤਾਂ ਮਲਟੀਪਲਾਈ ਕਰਤਾ ਤੇ ਡੈਲਟਾ YR ਫੋਰਵਰਡ ਵਾਲਾ ਹੋ ਗਿਆ ਅਗਲੇ ਦੇ ਵਿੱਚੋਂ ਮਾਈਨਸ ਕਰਨਾ ਹੈਗਾ ਇਹ ਬੈਕਵਰਡ ਵਾਲਾ ਹੋ ਗਿਆ ਇਸ ਤੋਂ ਪਿੱਛੇ ਆਊਗਾ YM ਇਹਨੂੰ ਪਿਛਲੇ ਵਿੱਚ ਪਿਛਲਾ ਮਾਈਨਸ ਕਰਨਾ ਆਪਾਂ ਨੇ ਇਹ ਫਾਰਮੂਲੇ ਨੇ ਇਹਨਾਂ ਨੂੰ ਸੋਲਵ ਕਰ ਲਿਆ ਆਪਾਂ ਦੇਖਿਆ ਕਿ ਦੋਨੇ ਇਕੁਅਲ ਆ ਗਏ ਇਸ ਕਰਕੇ ਦੋਨੇ ਲੈਫਟ ਹੈਂਡ ਸਾਈਡ ਰਾਈਟ ਸਾਈਡ ਬਰਾਬਰ ਅਗੇ ਨੈਕਸਟ ਫਾਰਮੂਲਾ ਹੈਗਾ ਨੈਕਸਟ ਕੋਸਟਨ ਹੈਗਾ ਡੈਲਟਾ ਇਹਦੇ ਇਕੁਵੈਲੈਂਟ ਪ੍ਰੂਵ ਕਰਨਾ ਆਪਾਂ ਨੇ ਬੈਕਵਰਡ ਡੈਲਟਾ ਡੈਲਟਾ ਇਕੁਵੈਲੈਂਟ ਟੂ ਡੈਲਟਾ e ਸ਼ਿਫਟ ਆਪਰੇਟਰ e 1 ਮਤਲਬ ਆਪਾਂ ਨੇ ਜੇ yr ਉੱਪਰ ਇਹ ਵਾਲਾ ਆਪਰੇਟਰ ਲਾਵਾਂਗੇ ਅਤੇ ਇਹ ਵਾਲਾ ਆਪਰੇਟਰ ਵੀ yr ਦੇ ਉੱਪਰ ਸੇਮ ਸੇਮ ਤਾਂ ਆਨਸਰ ਕੀ ਆਊਗਾ ਇਕੁਅਲ ਟੂ ਆਏਗਾ ਇੱਥੇ ਇਕੁਅਲ ਟੂ ਆਏਗਾ ਠੀਕ ਕਰ ਲਿਓ ਇਹ ਆਪਰੇਟਰ ਨਹੀਂ ਹੈਗੇ ਇਹ ਕੱਲੇ ਆਪਰੇਟਰ ਨੇ ਇਹ ਚ ਇਹ yr ਉੱਪਰ ਲਗਾਵਾਂਗੇ ਤਾਂ ਵੀ ਤੇ ਇਹਨੂੰ ਲਾਵਾਂਗੇ y ਉੱਪਰ ਦੋਨੇ ਆਂਸਰ ਸੇਮ ਦੇਣਗੇ ਤਾਂ ਹੀ ਦੋਨੇ ਆਪਰੇਟਰਾਂ ਨੂੰ ਆਪਾਂ ਇਕੁਵਲੈਂਟ ਕਹਾਂ ਕਵਸਚਨ ਸੌਖੀ ਨੇ ਹੁਣ ਇਹ ਸੋਲਵ ਕਰ ਲਿਆ ਪਹਿਲਾਂ ਆਪਣੇ ਜੋ ਇਹ ਸੋਲਵ ਕੀਤਾ ਇਹ ਬੈਕਵਰਡ ਹੈਗਾ ਇਹ ਆਂਸਰ ਆ ਜਾਏਗਾ ਤਾਂ ਇਹਦੇ ਵਿੱਚ ਪਹਿਲਾਂ ਹਾਂ ਸੋਲਵ ਕਰਨਾ ਆਪਾਂ ਨੇ ਇਹ ਸ਼ਿਫਟ ਆਪਰੇਟਰ ਹੈਗਾ ਸਬਟ੍ਰੈਕਟ ਹੋ ਜਾਏਗਾ r ਦੇ ਵਿੱਚੋਂ ਪਿੱਛੇ ਕੀਤਾ ਆਪਾਂ ਨੇ ਉਨੇ ਫਾਰਵਰਡ ਡੈਲਟਾ ਹੈਗਾ ਇਸ ਤੋਂ ਅਗਲੇ ਚ ਮਾਈਨਸ ਕਰਾਂਗੇ ਦੋਨੇ ਸੇਮ ਆਗੇ ਸਰ ਇਕੁਅਲ ਹੋਗੇ ਹੁਣ ਇਹ ਦੋ ਫਾਰਮੂਲੇ ਨੇ ਮੇਨ ਜਿਹੜਾ ਆਹ ਵਾਲਾ ਫਾਰਮੂਲਾ ਹੈਗਾ ਇਹ ਯਾਦ ਵੀ ਰੱਖਣਾ ਆਪਾਂ ਨੇ ਕਿਉਂਕਿ ਜਿਹੜੀ ਆਪਾਂ ਅੱਗੇ ਥੀਰਮਾ ਪ੍ਰੂਵ ਕਰਾਂਗੇ ਉਹਨਾਂ ਵਿੱਚ ਮੋਸਟਲੀ ਯੂਜ਼ ਹੋਵੜੇ ਥੀਮਾ ਕਰਵਾਉਣੀਆਂ ਨੇ ਅੱਗੇ ਵੀ ਆਉਣਗੀਆਂ ਚਲੋ ਇਹ ਸ਼ੋ ਕਰਨਾ ਆਪਾਂ ਨੇ ਡੈਲਟਾ e 1 ਦੇ ਇਕੁਅਲੈਂਟ ਹੁੰਦਾ ਹੈਗਾ ਇਹ ਕਿਵੇਂ ਕੀਤਾ ਆਪਾਂਵੇਂ e 1 ਵਾਇਰ ਉੱਪਰ ਲਾਤਾ ਆਪਰੇਟਰ a e ਭਾਈਆ ਭਾਈਆ ਮਲਟੀਪਲਾਈ ਕਰਤਾ g^1 ਨਾ ਸ਼ਿਫਟ ਬਰੇਟਰ ਆਰ ਵਿੱਚ +1 ਹੋ ਜਾਏਗਾ ਦੋ ਆਰ ਵਿੱਚ ਆਊਗਾ ਜੀ ਇਹ ਗਲਤ ਹੋ ਗਿਆ ਉਹ ਠੀਕ ਕਰ ਲੀਓ ਇੱਥੇ ਆਰ ਵਿੱਚ ਆਏਗਾ ਹੁਣ ਆਊਗਾ ਇਸ ਤੋਂ ਬਾਅਦ ਇਹ ਫਾਰਵਰਡ ਡਿਫਰੈਂਸ ਬਣ ਗਿਆ ਇਸ ਸਰ ਕੇ ਹੁੰਦਾ ਕਿ ਆਪਣੇ ਕੋਲ a ਵਾਲਾ ਆਪਰੇਟਰ ਤੇ a ਵਾਲਾ ਆਪਰੇਟਰ ਦੋਨੇ ਇਕੁਇਵਲੈਂਟ ਹੋਣਗੇ ਆਪਸ ਸਿਮਿਲਰਲੀ ਆ ਵੀ ਚੈੱਕ ਕਰ ਲੀਆ ਮੈਂ ਕਰਵਾ ਨਹੀਂ ਰਿਹਾ ਹੈਗਾ ਤੁਸੀਂ ਦੇਖ ਲਿਓ ਇੱਕ ਆਪਰੇਟਰ ਹੋਰ ਐਵਰੇਜ ਆਪਰੇਟਰ ਜਿਹਨੂੰ μ ਨਾਲ ਡਿਨੋਟ ਕਰਦੇ ਆਪਾਂ ਇਹ ਕੀ ਹੁੰਦਾ ਹੈਗਾ ਮੈਂ ਫਾਰਮੂਲੇ ਨਿਕਲਦੇ μyR ਇਹ ਹੁੰਦਾ ਹੈਗਾ ਉਮੀ ਜਿਵੇਂ ਆਪਾਂ ਨੇ ਇਹਦੇ ਵਿੱਚ ਕੀਤਾ ਸੀਗਾ ਸੈਂਟਰ ਡਿਫਰੈਂਸ ਵਿੱਚ ਪਹਿਲਾਂ ਪਲੱਸ ਕੀਤਾ ਹਾਫ ਫੇ ਮਾਈਨਸ ਕੀਤਾ ਹਾਫ ਇਹ ਜਿਹੜਾ ਸਬਟ੍ਰੈਕਟ ਸੀਗਾ ਇਹਦੇ ਵਿੱਚ ਇਹੀ ਆ ਪਹਿਲਾਂ ਪਲੱਸ ਕਰ ਲਿਆ ਕੋਈ ਫਰਕ ਨਹੀਂ ਪੈਂਦਾ ਫੇ ਬਾਅਦ ਚੋ ਮਾਈਨਸ ਕਰ ਲਿਆ ਹਾਫ ਦੋਨੋਂ ਨੂੰ ਐਡ ਕਰਕੇ अपॉन 2 ਕਰਤਾ ਤੇ ਇਹਨਾਂ ਵਿੱਚੋਂ ਸ਼ਿਫਟ ਆਪਰੇਟਰ ਹੀ ਜ਼ਿਆਦਾ ਇੰਪੋਰਟੈਂਟ ਹੈ ਜਿਹੜਾ ਅੱਗੇ ਯੂਜ਼ ਕਰਨਾ ਏ ਤਾਂ ਇਹਦੇ ਨਾਲ ਦੇ ਅਮਰੀਕਨ ਨੇ ਤਾਂ ਇਹ ਟਾਪਿਕ ਦੋਨੇ ਕਰਵਾਏ ਨੇ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੇ ਚਲੋ ਫਿਰ ਆਪਾਂ ਇਸ ਤੋਂ ਬਾਅਦ 12th ਦਾ ਫਰਸਟ ਪਾਰਟ ਕਰਵਾਉਣਾ ਹੈਗਾ ਕੁਐਸਚਨ ਨੰਬਰ 3A ਐਕਸਰਸਾਈਜ਼ ਇਹ ਦੋਨੇ ਆਪਾਂ ਆਪਰੇਟਰ ਮੈ ਇਕੁਅਲ ਟੂ ਪਾਇਆ ਕੋਈ ਫਰਕ ਨਹੀਂ ਮੈਂ ਦਾ ਇਕੁਅਲੈਂਟ ਆਉਗਾ ਵੈਸੇ ਇਹ ਦੋਨੇ ਆਪਰੇਟਰ ਆਪਾਂ ਇਕੁਅਲ ਸ਼ੋ ਕਰਦੇ ਹੈਗੇ ਨੇ ਮਰੇ 2R ਉਪਰ ਆਪਰੇਟ ਕਰਾਂਗੇ ਡੈਲਟਾ ਤੇ 2R ਦੇ ਉੱਪਰ ਆਪਰੇਟ ਕਰਾਂਗੇ ਮਰਾ ਦੋਨੇ ਆਂਸਰ ਸੇਮ ਦੇਣਗੇ ਇਹ ਆਪਾਂ ਨੇ ਸ਼ੋ ਕਰਨਾ ਹੈਗਾ ਜੋ ਰਾਈਟ ਹੈਂਡ ਸਾਈਡ ਲਈ ਡੈਲਟਾ ਦੀ ਵੈਲਿਊ ਭਰਤੀ ਡੈਲਟਾ ਸੀਗਾ ਆਪਣੇ ਕੋਲ ਬੈਕਵਰਡ ਡੈਲਟਾ 1 E ਦੀ -1 ਪਿੱਛੇ ਕੀਤਾ ਪ੍ਰੂਵ ਆਪਾਂ ਹੋਣੀ ਇਹ ਦੋਨੇ ਯਾਦ ਰੱਖਣੇ ਨੇ ਬਸ ਇਹ ਜਿਆਦਾ ਧਿਆਨ ਰੱਖਣਾ ਇਹ ਆਪਣਾ ਥੀਰਮਾ ਯੂਜ਼ ਹੋਊਗਾ ਇਹ ਸਿਰਫ ਰੈਨਵੈਰੀਕਲ ਜੀ ਯੂਜ਼ ਹੋਇਆ ਉਸ ਤੋਂ ਬਾਅਦ ਆਪਾਂ ਨੇ ਜਿਹੜੀ ਵੈਲਿਊ ਭਰਤੀ ਇਹ ਪਾਵਰ ਅੰਦਰ ਮਲਟੀਪਲਾਈ ਕਰਤੀ ਪਲੱਸ ਹਾਫ ਹੋ ਗਿਆ ਇਹ ਆ ਗਿਆ ਆਪਣੇ ਕੋਲ ਹਾਫ ਐਡ ਕਰਨਾ ਸ਼ਿਫਟ ਆਪਰੇਟਰ ਆਰੀ ਵਿੱਚ ਤੇ ਡੈਲਟਾ ਹੁੰਦਾ ਹੈ ਬੈਕਵਰਡ ਦੇ ਵਿੱਚੋਂ ਇਸ ਤੋਂ ਪਿਛਲਾ ਪਿਛਲੇ ਜੋ ਘਟਾਉਣਾ ਆਪਾਂ ਇਹਦੇ ਵਿੱਚੋਂ ਪਿਛਲਾ ਮਾਈਨਸ ਕਰਨਾ ਪਿਛਲਾ ਕਿਵੇਂ ਘਟੋਗੇ ਜਿਵੇਂ Y2 ਤੋਂ ਪਿੱਛੇ ਕੀ ਹੁੰਦਾ ਹੈਗਾ Y1 Y2 ਤੋਂ ਪਿੱਛੇ ਜਿਹੜਾ ਹੁੰਦਾ ਹੈਗਾ ਉਹ Y1 ਹੁੰਦਾ ਇੱਕ ਸਬਟ੍ਰੈਕਟ ਕੀਤਾ ਤਾਂ ਲੱਗਿਆ Y1 ਤੋਂ ਪਿੱਛੇ ਕੀ ਹੋਊਗਾ Y -1 ਇੱਕ ਸਬਟ੍ਰੈਕਟ ਕਰ ਲਵਾਂਗੇ ਆਪਾਂ ਉਵੇਂ ਇਹਦੇ ਵਿੱਚ YR 1/2 ਤੋਂ ਪਿੱਛੇ ਕੀ ਇੱਕ ਸਬਟ੍ਰੈਕਟ ਕੀਤਾ YR 1/2 ਹੋ ਜਾਏਗਾ ਇਹ ਆ ਜਾਏਗਾ ਇਹ ਆਪ ਨੂੰ ਪਤਾ ਹੈ ਕਿ ਇਹ ਸੈਂਟਰਲ ਡਿਫਰੈਂਸ ਦਾ ਫਾਰਮ ਦਾ ਹੁੰਦਾ ਇੱਥੇ ਇਕੁਅਲ ਸ਼ੋ ਹੋ ਗਿਆ सैकेंड पार्टी प्रूव करना है अपने, जेड़ा म्यू हैगा अपने को एवरेज ओपरेटर जो होगा वन प्लस डेल्टा स्केरो पॉइंट फोर जी पावर हाफ होगा ये शो करना अपने, चलो ये प्रूव कर चुके हैं तो हमने प्रूव किया जी अपने ਇਹ ਪ੍ਰੂਵ ਕਰਕੇ ਇਹਦੇ ਵਿੱਚੋਂ ਡੈਲਟਾ ਦੀ ਵੈਲਿਊ ਭਰਤੀ ਆਪਾਂ ਨੇ ਦੋਨੇ ਪਾਸੇ ਆਹ ਡੈਲਟਾ ਦੀ ਵੈਲਿਊ ਹੈਗੀ ਜਾਂ ਆਹ ਡੈਲਟਾ ਦੀ ਵੈਲਿਊ ਬੈਕਵਰਡ ਡੈਲਟਾ ਦੀ ਨੇ e ਦੀ ਪਾਵਰ ਹਾਫ ਆ ਗਿਆ e ਦੀ ਪਾਵਰ ਹਾਫ ਨੂੰ ਮਲਟੀਪਲਾਈ ਕਰਤੀ ਇਹ ਡੈਲਟਾ ਦੀ ਵੈਲ ਨਿਕਲ ਗਈ ਆਪਣੇ ਕੋਲ ਹੁਣ ਰਾਈਟ ਹੈਂਡ ਸਾਈਡ ਲਈ ਆਪਾਂ ਨੇ ਰਾਈਟ ਹੈਂਡ ਸਾਈਡ ਲੈ ਕੇ ਉਹਦੇ ਵਿੱਚ ਵੈਲਿਊਜ਼ ਪੁੱਟ ਕੀਤੀਆਂ ਨੇ ਇਹਦੀ ਵੈਲਿਊ ਭਰਤੀ ਆਹ ਆ ਗਈ एलसिमल और फोर बन गया जी, पार फोरली ए स्केर ई आजू कला बी स्केयर यार माइनस वन आ जाएगा टू ए बी टू ए बी ए कट गया आपस ए कला प्लस टू रह गया हूँ उम्मी है ही। ए प्लस बी का हो सके बन जाए चेक कर सकेअर प्लस बी स्केयर प्लस टू ए बी लवेंगे आपस कैंसर कला टू बच जाएगा ਫਿਰ ਹਾਫ ਪਾਵਰ ਆ ਪੰਦਰ ਲੈ ਗਈ ਇਹ ਚ ਹੀ ਬਣ ਗਈ ਆਪਣੇ ਕੋਲ ਇਹ ਆਪਾਂ ਨੇ ਵਾਈਰ ਆ ਪੰਦਰ ਲੈ ਗਈ ਇਹ ਸ਼ਿਫਟ ਪ੍ਰੀਟਰ ਹੁੰਦਾ ਹੈ ਚ ਹਾਫ ਐਡ ਹੋ ਜਾਏਗਾ ਇਹ ਚ ਮਾਈਨਸ ਹਾਫ ਐਡ ਹੋ ਜਾਏਗਾ ਇਹ ਆਪਣੇ ਕੋਲ ਸੈਂਟਰਲ ਡਿਫਰੈਂਸ ਦਾ ਫਾਰਮੂਲਾ ਹੁੰਦਾ ਤਾਂ ਇਹ ਮਿਓਰ ਬਣ ਗਿਆ ਆਪਣੇ ਕੋਲ ਇਹ ਆਪਣੇ ਕੋਲ ਲੈਫਟ ਹੈਂਡ ਸਾਈਡ ਆ ਗਈ ਇੱਕ ਹੋਰ ਕੁਸਚਨ ਹੈ ਕੁਸਚਨ ਕਾਫੀ ਇੰਪੋਰਟੈਂਟ ਆ इसी एक्सरसाइज का फोरटीन क्वेश्चन है डेल्टा स्केयर फाइव एक्स प्लस ट्वेल्व अपॉन एक्स स्के प्लस फाइव एक्स प्लस सिक्स की वैल्यू कनी है आपने जो इंटरवल ऑफ डिफरेंस है यूनिटी है इंटरवल ऑफ डिफरेंस यूनिटी वाले की हो गया अपने को वो चेक कर सकते हैं आप जिमें वन टू थ्री फोर इंटरवल ऑफ डिफरेंस ऑफ यूनिटी वाला की हो गया इन्होंने जे डिफरेंस जो है यूनिटी का वन वन का ਇਹ ਆਪਾਂ ਚੈੱਕ ਵੀ ਕਰ ਸਕਦੇ ਹਾਂ ਇਹਨੂੰ ਕੀ ਕਹਾਂਗੇ ਆਪਾਂ Y1 ਕਹਾਂਗੇ ਜੇ ਆਪਾਂ ਔਰ X ਪਾਈਏ ਔਰ ਇਹ ਆਪਾਂ Y2 ਪਾਈਏ ਇਹ ਆਪਣੇ ਕੋਲ Y2 ਹੋਊਗਾ ਇਹ Y3 ਹੋਊਗਾ ਇਹ Y4 ਹੋਊਗਾ ਇਹ ਦੇਖ ਲਿਓ ਧਿਆਨ ਨਾਲ ਹੁਣ ਡੈਲਟਾ Y1 ਇਹ ਕਿਵੇਂ ਕਟਾਂਗੇ ਆਪਾਂ ਇਹ ਹੋਊਗਾ अगले चो घटा पैन डेल्टा वाई वन ये होगा वाई टू माइनस वाई वन ये चीज होगी। वाई टू क्यों आया बिकॉज इंटरवल डिफरेंस जो है, है अपने को वन वन का वन टू व टू ही आएगा जिमेंट देखिए आप जो इंटरबल डिफरेंस यूनिट ही आते एक्सा उ औरपॉोंडिंग वाईएक्स आऊगा इस तो अगली वैल्यू कि होगी जो इंटर इना दो इस तो अगली वैल्यू देखनी होगी आपदा लैनी है कि इनाफरेंस जो वन हो अंडरसटूड है कि एक्स प्लस वन होगी जे एक्स प्लस वन होगी तो बनेगा वाई ऑफ एक्स प्लस वन मेरे कोरसपॉन्डेंट मतलब फिर डेल्टा किमें निकलेगा डेल्टा ऑफ वाई एक्स ये एक कटागे आप होगा जी अपने को इस तो अगली वैल्यू कि होगी वाई ऑफ एक्स प्लस वन होगी क्योंकि इंटरवल ऑफ डिफरेंस यूनिट ही है अगली पक्का वैल्यू एक्स प्लस वन ही होगी और आप वाई एक्स माइनस करना फॉरवर्ड डिफरेंस का फॉर्मुला हम वाई एक्स प्लस वन तो आयो कि ये इंटरवल का डिफरेंस यूनिट ही है बस यही गल देख ली है ध्यान बाकी क्वेश्चन सौखा ही है सारा तो किमी है ये तो डेल्टा स्केरों में आप डेल्टा अलग अलग कर लिया हूँ किमी आई है फॉरवर्ड डिफरेंस ਇਸ ਤੋਂ ਅਗਲੀ ਵੈਲਿਊ ਦੇ ਵਿੱਚੋਂ ਇਹ ਮਾਈਨਸ ਕਰਨਾ। ਸੋ ਇਹ ਤਾਂ 0 ਹੀ ਆ ਗਈ। ਇਹ ਤਾਂ ਮਾਈਨਸ ਕਰਨਾ। ਇਸ ਤੋਂ ਅਗਲੀ ਵੈਲਿਊ ਕੀ ਹੋਊਗੀ? ਮਤਲਬ ਜਿਵੇਂ ਆਪਾਂ ਹੁਣੇ ਪਿੱਛੇ ਕੀਤਾ ਸੀ YX ਇਸ ਤੋਂ ਅਗਲੀ ਵੈਲਿਊ ਕੀ ਹੋਊਗੀ? Y ਆਫ X ਦੀ ਥਾਂ ਤੇ X 1 ਪਰ ਅਗਲੀ ਵੈਲਿਊ ਹੋਊਗੀ। ਤਾਂ ਅਗਲੀ ਵੈਲਿਊ ਕਿਵੇਂ ਕੱਢੀ ਆਪਾਂ X ਦੀ ਥਾਂ ਤੇ ਸਾਰੇ ਕਿਤੇ ਇੱਥੇ X ਆ ਉੱਥੇ X 1 ਪਰਤਾ। ਇਹ X 1 ਇੱਥੇ X 3 ਹੋ ਗਿਆ, ਇੱਥੇ X 4 ਹੋ ਗਿਆ। ਇਹ ਅਗਲੀ ਵੈਲਿਊ ਵਿੱਚੋਂ ਇਹ ਮਾਈਨਸ ਕਰਨਾ। बस यही है बाकी तो क्वेश्चन सारा सोखा इस है इसका एलसीएम ले आ जी एलसीएम ਲੈ ਕੇ ਸਾਰਾ ਬਾਕੀ ਤਾਂ ਸੋਲਵ ਕੀਤਾ ਸੋਲਵ ਕਰਕੇ ਆ ਜੀ ਬਣ ਗਈ ਹੁਣ ਦੁਬਾਰਾ ਫੇਰ ਡੈਲਟਾ ਇੱਕ ਰਹਿੰਦਾ ਇਹਨੂੰ ਵੀ ਇਸ ਤੋਂ ਅਗਲੀ ਵੈਲਿਊ ਕਿਵੇਂ ਕੱਢਾਂਗੇ ਆਪਾਂ ਵੀ x 1 ਭਰਤਾ ax 3 x 4 x 5 ਹੋ ਗਿਆ a ਐਜ਼ ਇਟ ਇਜ਼ ਆ ਗਿਆ ਇਹਨੂੰ ਸੋਲਵ ਕਰ ਲਿਆ ਬਾਕੀ ਤਾਂ ਜਸਟ ਐਲਸੀਐਮ ਲਿਆ ਬਾਕੀ ਕੋਈ ਪਰੌਬਲ ਨਹੀਂ ਹੈਗੀ ਤੇ ਬਾਕੀ ਸੋਲਵ ਕਰਕੇ ਜੋ ਆ ਗਿਆ ਆਪਣਾ ਆਨਸਰ ਤੁਰ ਇਹ ਕੁਝ ਟਾਪਿਕ ਸੀਗਾ ਪਿੱਛੇ ਕੁਝ ਕੁਸ਼ਨ ਔਖੇ ਵੀ ਸੀਗੇ ਤਾਂ ਕੁਸਚਨ ਕਰਵਾਏ ਗਏ ਨੇ ਤੇ ਇਹਦੇ ਵਿੱਚ ਕੁਝ ਕਨਸੈਪਟ ਵੀ ਸੀਗਾ ਸ਼ਿਫਟ ਓਪਰੇਟਰ ਵਾਲਾ ਮਰ ਲਾ ਆਪਣਾ ਹੁਣ ਜਿਹੜਾ ਅੱਗੇ ਥੀਰਮਾ ਕਰਨੀਆਂ ਨੇ ਉਹਦੇ ਵਿੱਚ ਇੱਕ ਤਾਂ ਸ਼ਿਫਟ ਓਪਰੇਟਰ ਧਿਆਨ ਰੱਖਣਾ ਆਪਣੇ ਕੀ ਹੁੰਦਾ ਹੈਗਾ ਅਤੇ ਡੈਲਟਾ ਇਕੁਇਵਲੈਂਟ ਟੂ E 1 ਹੁੰਦਾ ਹੈ ਇਹ ਯੂਜ਼ ਕਰਾਂਗੇ ਚਲੋ ਫਟਾਫਟ ਮੈਰੀ ਉੱਪਰ ਆ ਰਹੇ ਹੈਗਾ ਗੋਜ਼ ਫਾਰਵਰਡ ਫਾਰਮੂਲਾ ਇਹ ਫਾਰਵਰਡ ਡਿਫਰੈਂਸ ਨਹੀਂ ਕੱਲਾ ਫਾਰਵਰਡ ਇਹ ਕਿਵੇਂ ਜੋ ਜੋ ਆਪਾਂ ਥੀਰਮ ਕਰ ਲਈ ਉਸ ਤੋਂ ਬਾਅਦ ਦੇਖਾਂਗੇ ਸਟੇਟਮੈਂਟ ਕਿਵੇਂ ਸਟੇਟਮੈਂਟ ਤਕਰੀਬਨ ਸਾਰੀਆਂ ਦੀ ਬਰਾਬਰੀਆਂ ਸੀਗੀਆਂ ਓਰੇ ਬਸ ਥੋੜਾ ਫਰਕ ਜਿਵੇਂ ਨਿਊਟਨ ਫਾਰਵਰਡ ਡਿਫਰੈਂਸ ਤੇ ਬੈਕਵਰਡਸ ਕੀਤਾ ਸੀਗਾ ਕੰਡੀਸ਼ਨ ਉਹੀ ਹੈ ਕਿ ਨਿਊਟਨ ਫਾਰਵਰਡ ਡਿਫਰੈਂਸ ਤੇ ਬੈਕਵਰਡ ਡਿਫਰੈਂਸ ਵੀ ਕਿਹਾ ਸੀ ਗੈਪ ਐਚ ਐਚਾ ਇਹਦਾ ਸੇਮ ਸੇਮ ਗੈਪ ਚਾਹੀਦਾ ਇਹ ਵਾਸਤੇ ਕੰਡੀਸ਼ਨ ਹੈ ਕਿ ਗੈਪ ਸੇਮ ਚਾਹੀਦਾ ਜੇ ਗੈਪ ਸੇਮ ਨਹੀਂ ਹੋਊਗਾ ਫਿਰ ਆਪਾਂ ਇਹ ਨਹੀਂ ਲਾ ਸਕਦੇ ਚਲੋ ਸਟੇਟਮੈਂਟ ਦੇਖਦੇ ਆਪਾਂ ਇਫ ਐਫ ਐਕਸ ਇਜ਼ ਟੇਬੂਲੇਟਡ ਟੇਬਲ ਦੀ ਫਾਰਮ ਚ ਬਣਿਆ ਹੈ ਪਹਿਲਾਂ ਪੜਿਆ ਸੀ ਇਕੁਇਡਿਸਟੈਂਟ ਪੁਆਇੰਟ ਨੇ ਸਪੇਸਿੰਗ ਐਚ ਆ ਤੇ ਇਹਨਾਂ ਦੇ ਕੋਰਸਪੋਂਡਿੰਗ ਵੈਲਿਊਜ਼ ਆਉਣ ਨੇ ਜਿਹੜਾ ਆਪਾਂ ਨਿਊਟਨ ਫਾਰਵਰਡ ਡਿਫਰੈਂਸ ਕੀਤਾ ਸੀ ਬੈਕਵਰਡ ਕੀਤਾ ਸੀ ਉਹਨਾਂ ਵਿੱਚ ਆਹ ਵੈਲਿਊਜ਼ ਨਹੀਂ ਹੈਗੀਆਂ ਸੀ ਇਹਦੇ ਔਰ ਇਸ ਕលੀਆਂ ਵੈਲਿਊ ਸੀਗੀਆਂ ये लड़ पेगीट पैनी हैगी पाई है बाकी तो भी पहला वागू कि एरसपोंडिंग आ वैल्यू होगी ये कॉरसपोंडिंग आ होगी ये कॉरसपोंडिंग आ होगी ये कोरसपोंडिंग वैल्यूज इन्हें कॉरसपोंडिंग वैल्यूज तो आप शो करना है कि आंसर ही आऊगा यह वाई नॉट पी डेल्टा वाई नॉट पी पी माइनस वन बाई टू फैटू डेल्टा स्के वाई दे पैर च माइनस वन है जी या पी प्लस वन पी पी माइनस वन पॉन थ्री फैक्टोरियल डेल्टा क्यू वाई पैच माइनस वन पी प्लस वन पी पी माइनस वन पी माइनस टू पॉन फै फोर फैक्टोरी डेल्टा फोर वाई माइनस टू तो पी दम ही जिम्मे आप लेंगे सर एक्स माइनस एक्स नोट बाय एच ये सोन चली जाएगा ये फॉर्मुला याद किमें करना वह आप लास्ट देख लवेंगे हम थोड़ा टेबल देखिए आप थोड़ा टेबल फर्क है ਮੋਸਟਲੀ ਆਪਰ ਟੇਬਲ ਪਹਿਲਾਂ ਇੱਥੋਂ ਸਟਾਰਟ ਸਾਰੇ ਟੇਬਲ ਇੱਥੋਂ ਸਟਾਰਟ ਕੀਤੇ ਨੇ ਪਿੱਛੇ ਪੋਸਟਨ ਵਿੱਚ ਹੁਣ ਇਹਦੇ ਵਿੱਚ ਕੀ ਹੈਗਾ ਬਾਕੀ ਤਾਂ ਕੋਈ ਪ੍ਰੋਬਲ ਨਹੀਂ ਹੈ ਕਿ ਜਿਵੇਂ x नॉट ਤੋਂ ਆ 1 ਆਊਗਾ ਅੱਗੇ ਅੱਗੇ ਵਧ ਰਿਹਾ ਇਹ ਫਿਰ 2 ਆ ਜਾਊਗਾ ਫਿਰ 3 ਆ ਜਾਊਗਾ ਉਵੇਂ ਪਿੱਛੇ ਜਾਵਾਂਗੇ ਘਟੂਗੀ ਨਾ 2 ਤੋਂ ਪਹਿਲਾਂ 1 ਆ ਜਾਊਗਾ 1 ਤੋਂ ਪਹਿਲਾਂ 0 ਆ ਜਾਏਗਾ 0 ਤੋਂ ਪਹਿਲਾਂ -1 ਆ ਜਾਏਗਾ -1 ਤੋਂ ਪਹਿਲਾਂ -2 ਆ ਜਾਏਗਾ ਇਹ ਸੌਣ ਇੱਧਰ ਵੀ ਚੱਲੀ ਜਾ ਰਿਹਾ ਇਹ ਸੌਣ ਇੱਧਰ ਵੀ ਚੱਲੀ ਜਾ ਰਿਹਾ ਬਸ ਇਹ ਫਰਕ ਹੈ ਪਹਿਲਾਂ ਟੇਬਲ ਇੱਥੋਂ ਸ਼ੁਰੂ ਹੁੰਦਾ ਸੀ ਉਹ ਸੌਣ ਤੋਂ ਸ਼ੁਰੂ ਹੋ ਰਿਹਾ ਹੈ ਤੇ ਇਸ ਤੋਂ ਬਾਅਦ ਜਿਹੜੀ ਵੈਲਿਊ ਹੈਗੀ ਆ ਜਿਵੇਂ ਇਹਦੇ ਵਿੱਚੋਂ ਆਪਾਂ ਨੇ ਸ਼ੋ ਕਰਨਾ ਹੈਗਾ ਜੋ ਟੇਬਲ ਤਾਂ ਚਲੋ ਡੈਲਟਾ 4 ਤੱਕ ਬਣਾਇਆ ਹੈਗਾ ਇਹ ਟੇਬਲ ਨਾ ਜਸਟ ਸਮਝਣ ਵਾਸਤੇ ਆ ਉਰੇ ਤੱਕ ਵੈਸੀ ਪ੍ਰੋਪਰ ਪ੍ਰੂਫ ਸਟਾਰਟ ਇੱਥੋਂ ਰੇ ਆਪਣੀ ਆਪਸ਼ਨ ਆ ਇਹਨੂੰ ਆਪਾਂ ਜੇ ਪ੍ਰੂਫ ਪੇਪਰ 'ਚ ਆ ਗਿਆ ਇਹ ਬਣਾ ਦੋ ਤਾਂ ਵੀ ਠੀਕ ਹੈ ਨਹੀਂ ਬਣਾਓਗੇ ਤਾਂ ਵੀ ਠੀਕ ਹੈ ਜੇ ਬਣਾ ਲਓ ਤਾਂ ਤੁਹਾਨੂੰ ਫਾਰਮੂਲਾ ਯਾਦ ਰੱਖਣਾ ਸੌਖਾ ਰਹੂਗਾ ਤਾਂ ਬਣਾ ਲਓ ਇਹ ਆਪਸ਼ਨਲ ਹੋਵੇ ਸੀ ਤੋ ਦੇਖੋ ਇਹ ਹੈ ਕਿ ਮੈਂ ਆਪਣੇ ਕੋਲ ਹੈ ਦਾ ਬਾਕੀ ਸਾਰਾ ਆਮ ਹੀ ਹੈ ਜਿਵੇਂ ਆਪਣੇ ਕੋਲ ਇਦਾਂ ਸੇਮ ਹੁੰਦੇ ਨੇ ਜੀ y y 2 ਹੈਗਾ ਇਹ ਡੈਲਟਾ y 2 ਹੋਊਗਾ ਅੱਗੇ ਕੀ ਕੈਡ ਕਰ ਦਾਂਗੇ -1 0 1 Δk y 2 ਦਾ k y 1 ਹੋਗਾ ਫਿਰ 0 ਹੋਗਾ Δq 2 ਤੋਂ ਹੋਗਾ ਕਿ -1 ਇੱਕ ਐਡ ਕਰ ਰਹੇ ਤਾਂ ਅਗਲੀ ਵਾਜੇਗਾ Δ4 ਤੱਕ ਹੀ ਲੈਣਾ ਆਪਾਂ ਟੇਬਲ Δ4 ਤੱਕ ਹੀ ਫਾਰਮੂਲਾ ਪ੍ਰੂਵ ਕਰਾਂਗੇ ਆਪਾਂ ਹੁਣ ਇਹਨਾਂ ਕੁਐਸਚਨ ਸਾਰੇ ਮੈਥਸ ਨਾਲ ਵਿੱਚ ਕੀ ਹੈਗਾ ਮੇਨ ਐਫ ਐਕਸ ਜਿੰਨੇ ਅਕੇ ਮੈਥਸ ਪੜਾਂਗੇ ਆਪਾਂ ਉਹ ਤਕਰੀਬਨ ਸਾਰੇ ਸੇਮ ਨੇ ਇਹਦੇ ਚ ਐਫ ਐਕਸ ਪਹਿਲਾਂ ਵੀ ਸ਼ਰਤਾਂ ਦੇ ਵਿੱਚ ਨਿਊਟਨ ਫਾਰਵਰਡ ਬੈਕਵਰਡਸ ਵੀ ਕਿਹਾ ਸੀਗਾ ਜੇ ਸਾਰਾ ਐਫ ਐਕਸ ਉੱਪਰ ਉਹ ਤੇ ਫਾਈ ਐਕਸ ਲਿਆ ਸੀ ਆਪਾਂ ਫਾਈ ਐਨ ਐਕਸ ਇਹਦੇ ਉੱਪਰ ਡਿਪੈਂਡ ਕਰਦਾ ਕਿ ਕਿਦਾਂ ਮੰਨਣਾ ਹਰੇਕ ਮੈਥਡ ਦੇ ਵਿੱਚ ਇਹ ਚੀਜ਼ ਆਪਣੀਆਂ ਅਲੱਗ-ਅਲੱਗ ਬਸ ਇਹ ਫਰਕਾ ਛੋ ਦੇਖੋ ਜਿਹੜਾ ਐਫ ਐਕਸ ਹੈਗਾ ਆਪਾਂ ਉਹ ਇਦਾਂ ਸਪੋਜ਼ ਕਰ ਲਿਆ ਹੁਣ ਇਦਾਂ ਸਪੋਜ਼ ਕਿਵੇਂ ਕਰਨਾ ਇਹ ਯਾਦ ਕੀ ਰੱਖਣਾ ਆਪਾਂ ਉਹ ਇੱਥੋਂ ਹੈਲਪ ਮਿਲ ਜਾਏਗੀ ਟੇਬਲ ਤੋਂ ਮਤਲਬ ਪਹਿਲਾਂ Y0 ਲੈਣਾ ਸਟਾਰਟ Y0 ਤੇ ਹੀ ਹੋਊਗਾ ਪਹਿਲਾਂ Y0 ਲੈਣਾ ਉਹ ਨੈਕਸਟ ਵੈਲਿਊ ਕੀ ਹੋਊਗੀ ਇਹ ਫਾਰਵਰਡ ਡਿਫਰੈਂਸ ਅਗਲੀ ਲੈਣੀ ਹੈ ਪਹਿਲਾਂ ਇਸ ਤੋਂ ਅਗਲੀ ਅੱਗੇ ਪਿੱਛੇ ਅੱਗੇ ਪਿੱਛੇ ਅੱਗੋਂ ਸਟਾਰਟ ਕਰਨਾ ਅੱਗੇ ਪਿੱਛੇ ਅੱਗੇ ਪਿੱਛੇ ਇਹ ਫਾਰਵਰਡ ਡਿਫਰੈਂਸ ਹੋਊਗਾ ਆਪਣੇ ਕੋਲ ਆਪਾਂ ਬੈਕਵਰਡ ਕਰਾਂਗੇ ਪਿੱਛੇ ਅੱਗੇ ਪਿੱਛੇ ਅੱਗੇ ਇਹ ਬੈਕਵਰਡ ਕਰਾਂਗੇ ਆਪਾਂ ਤੇ ਪਹਿਲਾਂ ਅੱਗੇ ਪਿੱਛੇ ਅੱਗੇ ਪਿੱਛੇ ਇਦਾਂ ਹੀ ਆ ਰੱਖਣਾ ਦਾ ਕੀ ਫਾਇਦਾ ਹੋਊਗਾ ਤੁਹਾਨੂੰ ਯਾਦ ਰੱਖ ਕੇ ਫਿਰ ਪਹਿਲਾਂ y0 ਇਦਾਂ ਹੀ ਆਊਗਾ ਅਗਲੇ ਨਾਲ g1 ਲੈ ਲੈਣਾ ਅਗਰੇ ਨਾਲ g2 ਲੈ ਲਿਆ ਅੱਗੇ G3 ਲੜਿਆ ਅੱਗੇ G4 ਲੜਿਆ ਇਹ ਸੌង ਚਲੀ ਜਾਗਾ ਆਪਣਾ ਮੇਨ ਹੈਗਾ ਕਿ G1 G2 G3 G4 ਕੱਢਨੇ ਇਹ ਵੈਲਿਊਸ ਕੱਢ ਕੇ ਆਪਾਂ ਇਹ ਵੈਲਿਊ ਕੱਢ ਕੇ ਇਹਦੇ ਵਿੱਚ ਹੀ ਭਰ ਦਾਂਗੇ ਆਪਣਾ ਆਨਸਰ ਆ ਜਾਗਾ ਬਸ ਇਹ ਜਿਹੜੇ ਵਿੱਚ ਇਹ ਵੈਲਿਊਸ ਕੱਢਨੇ ਤਾਂ ਕੁਐਸਚਨ ਲੰਬਾ ਹੋ ਕੋ ਕੁਐਸਚਨ ਹੈ ਸੌਖਾ ਬਸ ਇਹ ਵੈਲਿਊਸ ਕੱਢ ਕੇ G1 G2 G3 G4 ਦੀਆਂ ਉੱਪਰ ਵਿੱਚ ਭਰਨੀ ਹਨ ਚਲੋ ਸਟਾਰਟ ਕਰ ਰਹੇ ਆਪਾਂ ਇਹ ਵੈਲਿਊਜ਼ ਫਾਈਂਡ ਕਰਨ ਵਾਸਤੇ ਫਾਈਂਡ ਕਿਵੇਂ ਕਰਨੀ ਹੈ ਤਕਰੀਬਨ ਸਾਰਾ ਜਿੱਕੋ ਤਰੀਕਾ ਪੀ ਜਿਹੜਾ ਹੈਗਾ ਆਪਣੇ ਕੋਲ x x0 h ਪਹਿਲਾਂ ਮੰਨਦੇ ਆ ਰਹੇ ਆਪਾਂ ਤਾਂ ਉਹ ਵੀ ਆਪਣੇ ਕੋਲ x ਦੀ ਵੈਲਿਊ ਆ ਗਈ x0 p h ਹੁਣ ਇਹ ਹੀ ਆਪਾਂ ਸਾਈਡ ਅਲੱਗ ਸੋਲਵ ਕਰਾਂਗੇ ਇਹ ਸਾਈਡ ਅਲੱਗ ਸੋਲਵ ਕਰਾਂਗੇ ਤੇ ਉਹਨਾਂ ਨੂੰ ਆਪਸ ਚ ਕੰਪੇਅਰ ਕਰਾਂਗੇ ਚਲ ਲੱਗ ਜੂ ਪਤਾ f(x) ਸੋਲਵ ਕਰ ਰਹੇ ਹਾਂ ਬਨ f(x) ਲੈ ਆਪਾਂ ਨੇ a x0 p h x ਦੀ ਵੈਲਿਊ ਭਰੀ ਆਪਾਂ ਨੇ ਆਹ ਵਾੜੀਏ ਚ ਭਰਤੀ ਹੁਣ ਇਹ ਤੁਸੀਂ ਦੇਖ ਸਾਰ ਰਹੇ ਹੋ ਕਿਉਂ ਕੀਤਾ ਆਪਾਂ ਇਹ ਤਾਂ ਇਹਦੀ ਪਾਰਪੀ ਆ ਰਹੀ ਵਿੱਚ ਇਹ ਸ਼ਿਫਟ ਓਪਰੇਟਰ ਆ ਨੂੰ ਥੋੜੇ ਦਮਾਸ਼ਾ ਇਦਾਂ ਆ ਰਿਹਾ ਹੋਵੇ ਕਿ ਜੇ ਸ਼ਿਫਟ ਓਪਰੇਟਰ ਹੈਗਾ ਤਾਂ ਇਹ ਤਾਂ ਇਹ ਬਣਨਾ ਚਾਹੀਦਾ ਸੀ x not p ਕਿਉਂਕਿ ਆਪਾਂ ਤਾਂ ਇਹ ਚ ਐਡ ਕਰਨਾ ਹੁੰਦਾ ਪਰ ਇਹ ਨਹੀਂ ਬਣੂਗਾ ਮੇਰੇ ਵਿੱਚ ਇਹ ਸਮਝ ਕੇ ਚਲਾਣਾ ਕਿ ਸ਼ਿਫਟ ਓਪਰੇਟਰ ਕੀ ਆ ਪੀ ਟਰਮ ਅੱਗੇ ਜਾਣੀ ਆਪਾਂ ਜਿਵੇਂ x0 ਤੋਂ ਇੱਕ ਟਰਮ ਅਗਲੀ ਕਿਹੜੀ ਹੋਊਗੀ x0 h ਡਿਫਰੈਂਸ ਕੈਪ ਹੈ ਕਿੱਛ ਦਾ ਇਸ ਤੋਂ ਨੈਕਸਟ ਟਰਮ ਜਿਹੜੀ ਹੋਊਗੀ ਇੱਕ h ਹੋਰ ਐਡ ਕਰਤਾ 2h ਇਹ ਇੱਕ ਵਾਰੀ ਸ਼ਿਫਟ ਕੀਤਾ ਇਹ ਦੋ ਵਾਰੀ ਸ਼ਿਫਟ ਕੀਤਾ ਹੁਣ ਲੱਗਣਾ ਪਤਾ ਜੇ ਆਪਾਂ ਇਹਨੂੰ p ਟਾਈਮ ਸ਼ਿਫਟ ਕਰਾਂਗੇ p ਟਾਈਮਸ ਸ਼ਿਫਟ ਕਰਾਂਗੇ ਤਾਂ ਇਹ p h ਆ ਜਾਏਗਾ ਮਤਲਬ ਏ ਜੀ ਪੀ ਟਾਈਮ ਸ਼ਿਫਟ ਕਰਾਂਗੇ ਤਾਂ ਐਕਸ ਨਾਟ ਪਲੱਸ ਪੀ ਐਚ ਆਊਗਾ ਤੇ ਇਸ ਤੋਂ ਬਾਅਦ ਫਿਰ ਆਪਾਂ ਨੇ ਈ ਦੀ ਵੈਲਿਊ ਭਰਨੀ ਆ ਹੂੰ ਚਲੋ ਏ ਐਫ ਐਕਸ ਨਾਟ ਤੇ ਦਰ ਯੋ ਨਾਟ ਮੰਨਦੇ ਹੁੰਨੇ ਆ ਆ ਗਿਆ ਫਿਰ ਈ ਦੀ ਵੈਲਿਊ ਭਰਨੀ ਈ ਦੀ ਵੈਲਿਊ ਆਪ ਨੂੰ ਪਤਾ ਹੈਗੀ ਪਿਛਲੇ ਲਿਖਿਆ ਸੀ ਕਿ ਡੈਲਟਾ ਇਕੁਇਲੈਂਟ ਹੋਈ ਇਹ ਜਾ ਰੱਖਣਾ ਲੋੜ ਪੈਣੀ ਆ ਆਪਾਂ ਨੂੰ ਤਕਰੀਬਨ ਹਰੇਕ ਕੁਐਸਚਨ ਦੇ ਵਿੱਚ ਤੇ ਕੈਪੀਟਲ ਈ ਦੀ ਵੈਲਿਊ ਜਿਹੜੀ ਹੈਗੀ ਆ ਇਕੁਇਲੈਂਟ 1/ਡੈਲਟਾ ਚ ਵੈਲਿਊ ਪੜਤੇ हरेकोश्चन मैथ इतनी है फिर बायनोमीथ्र लाने बायनोमीथ्रमी हैगी पे लिखी होगी वन प्लस पी डेल्टा पी माइनस वन अपॉन टू फैक्टोरी डेल्टा स्केयर पी माइ पी पी माइनस वन पी माइनस टू अपॉन थ्री फैक्टोरी डेल्टा क्यूब पी माइनस वन पी माइनस टू पी माइनस फोर फैक्टोरी और डेल्टा फोर वायनोट आ गया इया फिर बायनोमीथ्रोन लाइए अपना जस्ट फिर आप ਇਹਨੂੰ ਅੰਦਰ ਕੱਲਾ ਕੱਲਾ ਮਲਟੀਪਲਾਈ ਕਰਤਾ ਵਾਈ ਨਾਟ ਨੂੰ ਇਹਨੂੰ ਮਲਟੀਪਲਾਈ ਕੀਤਾ ਆਟਮ ਬਣ ਗਈ ਇਹ ਆਪਣੇ ਕੋਲ ਇਹਦੀ ਵੈਲਿਊ ਆ ਗਈ ਐਫ ਐਕਸ ਸੀ ਹੁਣ ਇਹ ਕੱਢਣੀ ਆਪਾਂ ਇਹਦੇ ਚ ਕੱਢਣੀ ਕਿਹੜੀ ਕਿਹੜੀ ਵੈਲਿਊ ਆ ਤੋ ਇਹ ਚ ਹੈ ਕਨਸੈਪਟ ਕੀ ਹੈ ਉਹ ਦੇਖੋ ਕਿ ਹੁਣ ਆਪਾਂ ਨੇ ਜੇ ਰਾਈਟ ਹੈਂਡ ਸਾਈਡ ਹੈਗੀ ਆ ਇਹ ਰਾਈਟ ਹੈਂਡ ਸਾਈਡ ਨੂੰ ਆਪਾਂ ਨੇ ਇਹ ਸਾਰੇ ਨੂੰ ਆਪਾਂ ਡੈਲਟਾ Y नॉट ਡੈਲਟਾ Y नॉट ਡੈਲਟਾ Y नॉटਸ ਕਨਵਰਟ ਕਰਨਾ ਡੈਲਟਾ Y नॉट ਦੇ ਵਿੱਚ ਕਨਵਰਟ ਕਰਨਾ ਆਪਾਂ ਨੇ ਚਲੋ ਦੇਖੋ ਮਤਲਬ ਇਹ ਤਾਂ ਆ ਰਿਹਾ ਇਹ ਵੀ ਆ ਰਿਹਾ ਇਹ ਨੂੰ ਡੈਲਟਾ Y नॉट ਦੇ ਵਿੱਚ ਕਨਵਰਟ ਕਰਨਾ ਡੈਲਟਾ Y नॉट ਡੈਲਟਾ Y नॉट ਇਹ ਸਾਰੇ ਕਨਵਰਟ ਕਰਨੇ ਚੋ ਪਹਿਲਾਂ ਹੁਣ ਆਪਾਂ ਫਿਰ ਇਹਦੀ ਵੈਲਿਊ ਕੱਢਣ ਨੂੰ ਕਨਵਰਟ ਕਰਨਾ ਚਲੋ ਇਹ ਲਿਖਿਆ ਆਪਾਂ ਨੇ ਡੈਲਟਾ ਸਕੁਅਰ Y ਮਾਈਨਸ 1 ਇਹ ਲਿਖਸਣਾ ਡੈਲਟਾ ਸਕੁਅਰ ਤੇ ਇਦਾਂ ਹੀ ਆ ਗਿਆ ਤੇ ਡੈਲਟਾ ਸਕੁਅਰ ਇੱਥੇ ਆਨ ਤੋਂ ਬਾਅਦ ਜਿਹੜਾ ਆਪਣੇ ਕੋਲ y 1 ਇਹਨੂੰ ਆਪਾਂ ਲਿਖ ਸਕਦੇ ਹਾਂ e ਦੀ ਪਾਵਰ -1 y not ਕਿਉਂ ਐਡ ਕਰਾਂਗੇ y 1 ਹੀ ਆ ਜਾਈਗਾ ਇਦਾਂ ਫਿਰ ਆਪਾਂ e ਦੀ ਵੈਲਿਊ ਭਰ ਲੈਣੀ ਹੈ e 1 ਡੈਲਟਾ ਹੈ ਵਿੱਚ ਬਾਈਨੋਮੀਅਲ ਲਗਾਉਣੀ ਹੈਗੀ ਪਹਿਲਾਂ ਕੀਤੀ ਹੋਈ ਹੈ ਵਾਨਡਾ ਮਾਈਨਸ ਡੈਲਟਾ ਪਲੱਸ ਡੈਲਟਾ ਸਕੁਅਰ ਦੇ ਬਾਹਰ ਨੂੰ ਲਾ ਕੇ ਆਪਣਾ ਆਨਸਰ ਆ ਜਾਊਗਾ ਇਸ ਤੋਂ ਬਾਅਦ ਇਹ Y नॉट ਆਪਾਂ ਅੰਦਰ ਡੈਲਟਾ ਮਲਟੀਪਲਾਈ ਕਰਤਾ ਅੰਦਰ ਨਾਲ Y नॉट ਕਰਤਾ ਪਹਿਲਾਂ ਡੈਲਟਾ ਸਕੁਅਰ Y नॉट ਆ ਜਾਏਗਾ ਫਿਰ ਡੈਲਟਾ Q Y नॉट ਆ ਜਾਏਗਾ ਡੈਲਟਾ ਇਹ ਸਾਰਾ ਡੈਲਟਾ Y नॉट ਦੇ ਵਿੱਚ ਕਨਵਰਟ ਹੋ ਗਿਆ ਇਦਾਂ ਹੁਣ ਨੈਕਸਟ ਵਾਲਾ ਕਰਨਾ ਆਪਾਂ ਨੈਕਸਟ ਜਿਹੜਾ ਵਾਲੇ ਵਿਚਾਰ ਹੈਗਾ ਉਹ ਵਾਲਾ ਇਹ ਵਾਲਾ ਇਹਨੂੰ ਕਨਵਰਟ ਕੀਤਾ ਆਪਾਂ ਨੇ डेल्टा की y -1 वाई माइनस वन लिख लिया आपका डेल्टा पार डेल्टा स्के वाई माइनस वन डेल्टा स्के वाई माइनस वन की वैल्यू आप कटी हुई है ए भरती बंदा डेल्टा मल्टीप्लाई करता मेच चीज़ बन गई अपने को भी निकल गई हूँ आ है वैल्यू कल होना आ वैल्यू करना डेल्टा फोर डेल्टा फोर वाई माइनस टू जिम्मे पिछे सॉल्व इदा ही होगा डेल्टा फोर ई दर माइनस टू वाई नॉट है ना वाई माइनस टू हो जाएगा जी ई वैल्यू भरती अपने ਇਹ ਬਾਇਨੋਮਸ ਤੋਂ ਲਾਈ ਆ ਇਸ ਤੋਂ ਬਾਅਦ ਇਹ ਪਹਿਲਾਂ ਕੀਤੀਆਂ ਵੀ ਹੋਈਆਂ ਨਹੀਂ ਤਾਂ ਬਣਾ ਕੇ ਦੇਖ ਲਿਓ ਬਾਈਨੋਮਸ ਨੂੰ ਲਾਈ ਕਿਵੇਂ ਆਪਣੇ ਆਹੀ ਲਾਈਏ ਬਾਈਨੋਮੇਲ ਆਵਲੀ ਤਾਂ ਇਹ ਹੁੰਦੀ ਹੈਗੀ ਇਹਦੇ ਵਿੱਚ ਸਕੁਅਰ ਵਾਸਤੇ ਹੁੰਦਾ 1 2 3 4 ਐ ਚੱਲੀ ਜਾਣਗੇ ਡੈਲਟਾ ਪਰ 1 ਡੈਲਟਾ ਪਰ 2 ਡੈਲਟਾ ਪਰ 3 ਆ ਜਾਊਗਾ ਜੀ ਤੇ ਪਲੱਸ ਮਾਈਨਸ ਪਲੱਸ ਮਾਈਨਸ ਪਲੱਸ ਮਾਈਨਸ ਪਲੱਸ ਇਹ ਸੇਮ ਨਹੀਂ ਹੁੰਦੇ ਧਿਆਨ ਰੱਖਣਾ ਫਿਰ ਇਹ ਡੈਲਟਾ 4 ਨਾਲ ਮਲਟੀਪਲਾਈ ਕਰਤਾ ਸਿਰਫ ਇਕੋਟਾ ਮਲਟੀਪਲਾਈ ਕੀਤੀ ਹੈ ਬਾਕੀ ਛੱਡਤੀਆਂ ਕਿਉਂਕਿ ਡੈਲਟਾ 4 ਤੱਕ ਹੀ ਜਾਣਾ ਆਪਣੇ ਅੱਗੇ ਲੋੜ ਨਹੀਂ ਹੈਗੀ ਹੁਣ ਇਹ ਸਾਰੀਆਂ ਵੈਲਿਊ ਜਿਹੜੀਆਂ ਹੈਗੀਆਂ ਨੇ ਇਹ ਆਪਾਂ ਇਹ ਚ ਭਰ ਦਾਂਗੇ ਵੈਦ ਉਸ ਇਹਦੀ ਵੈਲਿਊ ਭਰਨੀ ਆ ਤੇ ਇਹ ਇਹ ਚ ਵੈਲਿਊਸ ਭਰਨੀ ਆ ਆਪਣੇ ਐਫ ਐਕਸ ਦੀ ਵੈਲਿਊ ਆਪਣੇ ਕੋਲ ਹੈਗੀ ਹੈ ਜੀ ਇਹ ਕੱਢੀ ہوئی ਹੈ ਐਫ ਐਕਸ ਦੀ ਵੈਲਿਊ ਤੇ ਇਹਦੇ ਵਿੱਚ ਆਪਣੇ ਕੋਲ ਇਹ ਦੋ ਟਰਮ ਤਾਂ ਐਦੀ ਆ ਗਈਆਂ ਆਹ ਦੋ ਤਮ ਤੈਦੀ ਆ ਗਏ ਇਹਦੀ ਵੈਲਿਊ ਕੱਢੀ ਆ ਇਹਦੀ ਵੈਲਿਊ ਕੱਢੀ ਆ ਇਹਦੀ ਵੈਲਿਊ ਕੱਢੀ ਆ ਇਹ ਸਾਰੇ ਵੈਲਿਊ ਆਪਾਂ ਅੱਜ ਭਰਦੇ ਹੁਣ ਸਵਾ ਕਰਨਾ ਕੀ ਆ ਆਪਾਂ ਨੇ ਕੰਪੇਅਰਿੰਗ ਕਰਨੀ ਆ ਤੇ ਬਸ ਕਨਸਟੈਂਟ ਫਾਇੰਡ ਕਰਦੇ ਆ ਉਹ ਦੇਣਾ ਕਿਵੇਂ ਇਕੁਏਟਿੰਗ ਦਾ ਕੋਫੀਸ਼ੀਐਂਟ Y नॉट ਡੈਲਟਾ Y ਨੂੰ ਡੈਲਟਾ Q ਇਹ ਸਾਰੇ ਡੈਲਟਾ ਫੋਰਥ ਇਕੁਏਟ ਕਰਦੇ ਦੋਨੇ ਪਾਸੇ ਜੇ ਇਕੁਏਟ ਕੀਤਾ ਕੋਈ ਫਾਇਦਾ ਨਹੀਂ ਹੈ ਕਨਸਟੈਂਟ ਕੱਢਨੇ ਆ ਆਪਣੇ ਡੈਲਟਾ Y नॉट ਕੰਪੇਅਰ ਕੀਤਾ ਡੈਲਟਾ Y नॉट ਦਾ ਕੋਫੀਸ਼ੀਐਂਟ ਦੋਰੇ ਜੀਵਨ ਆ ਰਹੇ ਪੂਰੇ ਕੀ ਆ ਰਿਹਾ ਪੀ ਆ ਰਿਹਾ ਦੋਨੇ ਇਕਵੇਟ ਕਰਦੇ ਡੈਲਟਾ ਬਾਈ ਨੋਟ ਹੋਰ ਕਿਤੇ ਨਹੀਂ ਹੈਗਾ ਤਾਂ ਇਹ ਆ ਗਿਆ ਜੀ ਵਾ ਨਿਕਲ ਗਿਆ ਹੁਣ ਆਪਾਂ ਨੇ ਡੈਲਟਾ ਸਕੁਅਰ ਬਾਈ ਨੋਟ ਡੈਲਟਾ ਸਕੁਅਰ ਬਾਈ ਨੋਟ ਦਾ ਕੌਫੀਸ਼ੀਐਂਟ ਕੀ ਹੈ ਪੀ ਪੀ ਮਾਈਨਸ 1 ਬਾਈ 2 ਫੈਕਟੋਰੀ ਆ ਗਿਆ ਤੇ ਇਧਰਲੇ ਪਾਸੇ ਡੈਲਟਾ ਸਕੁਅਰ ਸਿਰਫ ਇਹ ਹੈ ਹੋਰ ਕਿਤੇ ਡੈਲਟਾ ਸਕੁਅਰ ਨਹੀਂ ਹੈ ਤਾਂ ਕੌਫੀਸ਼ੀਐਂਟ ਇਕੱਲਾ ਜੀ 2 ਆਊਗਾ ਤਾਂ ਦੋਨੇ ਇਕਵੇਟ ਕਰ ਤੇ ਇਕੁਅਲ ਕਰ ਤੇ ਆਪਾਂ ਆਪ ਜੀ 2 ਵ্যালੂ ਨਿਕਲ ਗਈ ਹੁਣ G3 ਕਰਨਾ ਆਪਣੇ G3 ਡੈਲਟਾ Q Y नॉट ਦਾ ਕੌਪਸ਼ਨ ਲੈਣਾ ਆਪਣੇ ਡੈਲਟਾ Q Y नॉट ਦਾ ਕੌਪਸ਼ਨ ਲਵਾਂਗੇ ਆਪਾਂ ਇਹ ਤੋਂ ਦੇਖਣਾ ਇੱਕ ਤਾਂ ਡੈਲਟਾ Q ਇਹ ਚ ਪਿਆ ਇੱਥੇ ਡੈਲਟਾ Q ਵਿੱਚ ਪਿਆ ਇਹ ਚ ਨਹੀਂ ਆਊਗਾ ਇਹਦੇ ਵਿੱਚ ਆਊਗਾ ਮਾਈਨਸ ਆਫ G2 ਇਹਦੇ ਵਿੱਚ ਆਊਗਾ G3 ਮਾਈਨਸ ਆਫ G2 G3 ਤੇ ਇਧਰ ਡੈਲਟਾ Q ਦਾ ਕੌਪਸ਼ਨ ਇਹ ਹੈ ਦੋਨੇ ਇਕੁਏਟ ਕਰਦੇ ਬਾਕੀ ਸਿੰਪਲ ਚੈੱਕ ਕਰ ਲੈ ਸੌਲਵ ਕਿਵੇਂ ਕੀਤਾ ਵਾ ਜੀ2 ਦੀ ਵੈਲਿਊ ਭਰ ਕੇ ਜੀ3 ਕੱਢਿਆ ਰੇ ਵਿੱਚੋਂ ਇਹ ਜਸਟ ਸਿੰਪਲੀਫਿਕੇਸ਼ਨ ਕੀਤੀ ਹੋਈ ਹੈ ਇਹ ਚੈੱਕ ਕਰ ਲਈਓ ਅਗੇ ਉਸ ਤੋਂ ਬਾਅਦ ਨੈਕਸਟ ਕੁਆਪਸ਼ਨ ਨਾਲ ਕੰਪੇਅਰ ਕੀਤਾ 4 ਪਾਵਰ ਵਾਲਾ ਉਹ ਦੇਖਿਆ ਆਪਾਂ ਡੈਲਟਾ 4 ਇਕਰੇ ਵਿੱਚ ਆ ਰਿਹਾ ਇੱਕ ਜੀ2 ਪਲੱਸ ਦਾ ਆਊਗਾ ਜੀ3 ਮਾਈਨਸ ਆਊਗਾ ਜੀ4 ਪਲੱਸ ਦਾ ਆਊਗਾ ਇਹ ਆ ਗਿਆ ਤੇ ਦੂਜੇ ਪਾਸੇ ਡੈਲਟਾ 4 ਦਾ ਕੋਫੀਸ਼ੀਐਂਟ ਇਹ ਹੈ ਦੋਨੇ ਇਕਵੇਟ ਕਰਤੇ ਉਵੇਂ ਜਾਂ G2 G3 ਪਤਾ ਦੀ ਵੈਲਿਊ ਪਰ ਕਿੱਧਰੇ ਪਾਸੇ ਲੈ ਗਏ ਆਪਾਂ G4 ਕੱਢ ਲਿਆ ਇਹ ਤੁਸੀਂ ਦੇਖ ਦਿਓ ਸੋਲਵ ਕਰ ਲਿਓ ਇਹ ਤਾਂ ਅੱਗੇ ਸੋਲਵ ਹੋ ਜਾਏਗਾ ਬਸ ਇਹ ਵਿੱਚ ਸਾਰੇ ਨਿਕਲ ਗਏ ਇਹ ਸਾਰੇ ਨਿਕਲ ਗਿਆ ਆਪਾਂ ਚੱਕ ਕੇ ਸਟੇਟਮੈਂਟ ਚ ਭਰ ਦੇਣਾ ਨੇ ਸਟੇਟਮੈਂਟ ਆਪਣੇ ਕੋਲ ਆ ਸੀਗੀ ਇਹ ਸਟੇਟਮੈਂਟ ਪਾਦਣਾ ਜੋ ਆ ਗਿਆ ਆਪਣਾ ਆਨਸਰ ਇਹ ਆਪਣਾ ਆਨਸਰ ਆ ਜਾ ਫਾਲਵਡ ਡਿਫਰੈਂਸ ਹੁਣ ਇਹਨੂੰ ਯਾਦ ਕੀਵੇਂ ਰੱਖਣਾ ਹੈਗਾ ਉਹ ਤੁਸੀਂ ਦੇਖ ਲਿਓ ਇਹ ਮੈਂ ਤੁਹਾਨੂੰ ਤਰੀਕਾ ਦੱਸ ਰਿਹਾ ਵੈਸੇ ਕਿ ਤੁਸੀਂ ਟੇਬਲ ਤੋਂ ਯਾਦ ਰੱਖਣਾ ਕਿ ਫਾਰਵਰਡ ਡਿਫਰੈਂਸ ਦੇ ਵਿੱਚ ਸ਼ੁਰੂ ਵਾਈਨੋਟ ਤੋਂ ਕਰਨਾ ਪਹਿਲਾਂ ਅੱਗੇ ਪਿੱਛੇ ਅੱਗੇ ਪਿੱਛੇ ਆਰਡਰ ਮਾਰਨਗੇ ਪਹਿਲਾਂ ਆਹ ਟਰਮ ਆਏਗੀ ਫਿਰ ਆਹ ਟਰਮ ਫਿਰ ਆਹ ਟਰਮ ਫਿਰ ਆਹ ਟਰਮ ਫਿਰ ਆਹ ਟਰਮ ਚੋ ਟਰਮ ਤੁਸੀਂ ਬਣਾ ਲਓਗੇ ਆਰਟਮਸ ਆ ਗਈਆਂ ਅੱਗੇ ਕਨਸਟੈਂਟ ਕਿਦਾਂ ਬਣਨੇ ਨੇ ਉਹੋ ਸਵਾ ਤਰੀਕਾ ਹੈਗਾ ਪਹਿਲਾਂ ਪੀ ਪਹਿਲਾਂ ਪੀ ਐ ਤੇ ਇਹਦਾ ਤਾਂ ਪੈਟਰਨ ਧਿਆਨ ਰੱਖਣਾ ਕਿ ਆਪਾਂ ਜਦੋਂ ਜੇ ਬਾਇਨੋਮਿਅਲ ਲਾਣੇ ਹੈਗੇ ਆ ਪੀ ਅਗਲੀ ਟਰਮ ਪੀ 1 ਆਉਗੀ ਅਗਲੀ ਟਰਮ ਪੀ 2 ਆਉਗੀ ਅਗਲੀ ਟਰਮ ਪੀ 3 ਆਉਗੀ ਇਹ ਅੱਗੇ ਦੇ ਟਰਮ ਹਨ ਪਿਛਲੀ ਟਰਮ ਆਉਗੀ ਪੀ 1 ਜੇ ਲੋਡ ਹੈਗੇ ਸੋ ਪਿਛੇ ਟਰਮ ਆਉਗੀ ਪੀ 2 ਇਹ ਟਰਮਸ ਇਦਾਂ ਬਣਦੀਆਂ ਨੇ ਆਪਣੇ ਕੋਲ ਇਹ ਟਰਮਸ ਅੱਗੇ ਨੇ ਇਹ ਅਕਲੀਆਂ ਨੇ ਇਹ ਪਿਛਲੀਆਂ ਨੇ ਹੁਣ ਇਹ ਯਾਦ ਕੀਵੇਂ ਰੱਖਣਾ ਆਪਣੇ ਪਹਿਲਾਂ ਤਾਂ ਆਪਾਇਆ ਫਸਟ ਟਰਮ ਤੇ ਪੀ ਆ ਗਿਆ हूँ फॉरवर्ड डिफरेंस इस तो बाद नैक्सट टर्म पानी नैक्सट टर्म आ होगी पहला अगली टर्म पानी है दो दोम आ गई अपॉन टू फैक्टोरी आठ टर्म पी पहला अगली पानी है फिर पिछली पानी है हूँ अगले पिछली पावे पिछली ये होगी पी प्लस वन फिर तीन ट्रम हो गई नीचे त्री फैक्टोर लड़ा जाएगी फिर अगली टर्म पावे अगली टर्म की आऊगी पी माइनस टू टर्मा चार हो गई होट हो रही है अगे बना हो पिछली टर्म जंग हुई हैं पहला अगली पिछली अगली पिछली एन चली जाना दोबारा थोड़ा देख लो पहल आपने इस अगली टर्म पाई स्टार्टिंग पगली टर्म पाने फॉरवर्ड पहले प्रेफरेंस अगली टर्म देनी है ये टर्मा दो हो गई टू फिट हो रही फिर इस पिछली टर्म पानी ਅਗਲੀ ਦੇ ਵਿੱਚ ਪਿਛਲੀ ਟਰਮ ਜਿਹੜੀ ਹੈਗੀ ਉਹ ਕੀ ਹੋਊਗੀ p+1 ਤਿੰਨ ਟਰਮ ਅਗਰੇ ਫਟ ਹੋ ਰਿਹਾ ਫੇਰ ਇਸ ਤੋਂ ਅਗਲੀ ਟਰਮ ਪਾਉਣੀ ਹੈ ਅਗਲੀ ਪਿਛਲੀ ਫੇਰ ਅਗਲੀ ਫੇ ਪਿਛਲੀ ਇਦਾਂ ਟਰਮ ਐਡ ਹੋਈ ਜਾਣਗੀ ਇਹ ਫਾਰਵਰਡ ਡਿਫਰੈਂਸ ਹੈਗਾ ਬੈਕਵਰਡ ਡਿਫਰੈਂਸ ਦਾ ਪ੍ਰੂਫ ਬਿਲਕੁਲ ਸੇਮ ਆ ਜੀ ਸਟੇਟਮੈਂਟ ਥੋੜਾ ਮੋਟਾ ਫਰਕ ਆ ਜੇ ਮੈਂ ਥੋੜਾ ਸਪੀਡ ਤੇ ਕਰ ਰਿਹਾ ਹੈਗਾ ਬੈਕਵਰਡ ਡਿਫਰੈਂਸ ਦਾ ਫਾਰਮੂਲਾ ਇਹ ਹੁੰਦਾ ਹੁਣ ਇਹ ਤਾਂ ਫਾਰਮੂਲਾ ਯਾਦ ਕਿਵੇਂ ਰੱਖਣਾ ਹੈਗਾ ਉਹ ਤੁਸੀਂ ਦੇਖ ਲਿਓ ਜਿਵੇਂ ਇਥੋਂ ਸਟਾਰਟ ਕਰਨਾ ਪਿੱਛੇ ਪਿੱਛੇ ਜਾਣਾ ਪਹਿਲਾਂ ਅੱਗੇ ਪਿੱਛੇ ਅੱਗੇ ਟਰਮਾ ਆ ਆਣਦੀਆਂ ਜਿਵੇਂ ਟਰਮਾ ਆਹਾ ਨਹੀਂ ਹੁੰਦੀ ਆਹਾ 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 ਹੁਣ ਬੈਕਵਰਡ ਡਿਫਰੈਂਸ ਕਰਕੇ ਹੁਣ ਚਾਹ ਧਿਆਨ ਦੇ ਵਿੱਚ ਹੁਣ ਸਮਝ ਆ ਰਿਹਾ ਕੁਝ ਜਿਵੇਂ ਪੀ ਆਪੀ 1 ਹੁੰਦਾ ਇਸ ਤੋਂ ਪਿੱਛੇ ਹੁੰਦਾ ਪੀ ਹੁਣ ਬੈਕਵਰਡ ਡਿਫਰੈਂਸ ਹੁਣ ਕਰਕੇ ਪਹਿਲਾਂ ਪਿੱਛੇ ਤੋਂ ਨੂੰ ਪਾਣੀ ਅਰਟਮ ਪਿਛਲੀ ਪਰ ਨਾ ਆਈ ਹੈ। ਅਰਟਮਾ 2 ਹੋ ਗਈਆਂ 2 ਫਟ ਹੋ ਰਹੀ ਹੈ। ਪਿਛਲੀ ਪਾਣੀ ਹੈ ਪਹਿਲਾਂ ਫਿਰ ਉਹ ਵੀ ਅਗਲੀ ਅਰਟਮ ਪਾਈ ਆਪਾਂ ਨੇ P 1 ਅਰਟਮਾ 3 ਹੋ ਗਈਆਂ 3 ਫਟ ਹੋ ਰਹੀ ਹੈ। ਫੇ ਪਿਛਲੀ ਅਰਟਮ ਪਾਈ P 2 ਅਰਟਮਾ 4 ਹੋ ਗਈਆਂ 4 ਫਟ ਹੋ ਰਹੀ ਹੈ। ਇਹਦਾ ਬਾਂਝੇ ਥੋੜੀ ਹੁਣ ਗੱਲ ਸਮਝਾਉਣੇ ਸੀਗੀ। ਇਹ ਬੈਕਵਰਡ ਡਿਫਰੈਂਸ ਨਹੀਂ ਹੈਗਾ ਫਾਰਮੂਲਾ। ਇਹ ਇਕੱਲਾ ਬੈਕਵਰਡ ਫਾਰਮੂਲਾ। ਹੂੰ। ਬੈਕਵਰਡ ਤਾਂ ਹੈਗਾ ਕਿਉਂਕਿ ਇਹਦੇ ਵਿੱਚ ਪੈਟਰਨ ਬੈਕਵਰਡ ਪਹਿਲਾਂ ਬੈਕਵਰਡ ਫਿਰ ਫਾਰਵਰਡ ਫਿਰ ਬੈਕਵਰਡ ਵਰਤਦਾ ਬਣਿਆ ਹੈ ਹੈਗਾ ਡਿਫਰੈਂਸ ਫਾਰਵਰਡ ਨੇ ਸਾਰਾ ਏਜੇ ਫਾਰਵਰਡ ਡਿਫਰੈਂਸ ਹੈ ਤੇ ਪਿਛਲਾ ਜਿਹੜਾ ਫਾਰਮੂਲਾ ਪ੍ਰੂਵ ਕੀਤਾ ਉਹ ਜੇ ਫਾਰਵਰਡ ਡਿਫਰੈਂਸ ਹੈ ਡਿਫਰੈਂਸ ਦਾ ਫਾਰਵਰਡ ਆ ਪਰ ਫਾਰਵਰਡ ਦਾ ਫਾਰਮੂਲਾ ਤਾਂ ਕਹਿੰਦੇ ਆਪਾਂ ਕਿਉਂਕਿ ਉਹਦੇ ਵਿੱਚ ਪਹਿਲਾਂ ਫਾਰਵਰਡ ਫਿਰ ਬੈਕਵਰਡ ਫਾਰਵਰਡ ਬੈਕਵਰਡ ਇਹਦੇ ਵਿੱਚ ਬੈਕਵਰਡ ਤਾਂ ਕਿਹਾ ਬਿਕੋਜ਼ ਪਹਿਲਾਂ ਬੈਕਵਰਡ ਲਿਆ ਫਿਰ ਫਾਰਵਰਡ ਫਿਰ ਬੈਕਵਰਡ ਫਿਰ ਫਾਰਵਰਡ ਜੇ ਜਾਨੇ ਪਹਿਲਾਂ ਬੈਕਵਰਡ ਲ ਇਹ ਧਿਆਰ ਹਨ ਡਿਫਰੈਂਸਾਰੇ ਵਿੱਚ ਫਾਰਵਰਡ ਡਿਫਰੈਂਸ ਐ ਬੈਕਵਰਡ ਡਿਫਰੈਂਸ ਹੁੰਦਾ ਜਿਵੇਂ ਨਿਊਟਨ ਦੇ ਵਿੱਚ ਧਿਆਨ ਚ ਨਿਊਕਨ ਨਿਊਟਨ ਬੈਕਵਰਡ ਡਿਫਰੈਂਸ ਹੈਗਾ ਤਾਂ ਉਹਦੇ ਵਿੱਚ ਆਪਾਂ ਨੇ ਡੈਲਟਾ ਲਿਆ ਸੀ ਬੈਕਵਰਡ ਡਿਫਰੈਂਸ ਇਹ ਬੈਕਵਰਡ ਡਿਫਰੈਂਸ ਨਹੀਂ ਹੈਗਾ ਇਸ ਕਰਕੇ ਇਹ ਚ ਡੈਲਟਾ ਡੈਲਟਾ ਹੀ ਲੈਣੇ ਆ ਫਾਰਵਰਡ ਵਾਲੇ ਆਪਾਂ ਨੇ ਇਹਦਾ ਪ੍ਰੂਫ ਤੁਸੀਂ ਚੈੱਕ ਕਰ ਲਿਓ ਥੋੜੇ ਜਿ ਮੈਂ ਮੋਟਾੜਾ ਕਰਵਾਉਣਾ ਲੈਕਚਰ ਲੰਬਾ ਹੋ ਰਿਹਾ ਐਫ ਐਕਸ ਜਿਹੜਾ ਹੈਗਾ ਆਪਣੇ ਕੋਲ ਇਦਾਂ ਦਾ ਮੰਨਣਾ ਆਪਾਂ ਨੇ ਇਹ ਸੌਖਾ ਹੀ ਹੈ ਧਿਆਨ ਰੱਖਣਾ ਜਿਵੇਂ ਪਹਿਲਾਂ ਲੈਣੀ ਆ ਫਿਰ ਆ ਫਿਰ ਆ ਫਿਰ ਆ ਸਰਾ ਉਮੀ ਹੈ ਜੀਵਨ ਜੇਡੂ ਜੀਸੀ ਚੀਫ ਹੋ ਲੈਣ ਦੇ ਸਾਰਾ ਉਮੀ ਹੈ ਜੀ ਇਹਦੇ ਜੋ ਜੀਵਨ ਜੇਡੂ ਜੀਸੀ ਬਿਲਕੁਲ ਸੇਮ ਜੇ ਪਿੱਛੇ ਕੁਸਚਨ ਕੀਤਾ ਉਦਾਂ ਸੋਲਵ ਕਰਤੇ ਹੋਏ ਨੇ ਇਹ ਸਾਰਾ ਮੈਥਡ ਤੁਸੀਂ ਦੇਖ ਲਿਓ ਮੈਂ ਪੜਵਾਣੀ ਗਿਆ ਕੁਸਚਨ ਸੌਖਾ ਹੀ ਆ ਚਲੋ ਇਹ ਆਪਣਾ ਬੈਕਵਰਡ ਡਿਫਰੈਂਸ ਦਾ ਫਾਰਮੂਲਾ ਹੋ ਗਿਆ ਉਸ ਤੋਂ ਬਾਅਦ ਸਟਰਲਿੰਗ ਫਾਰਮੂਲਾ ਇਹ ਛੋਟਾ ਫਾਰਮੂਲਾ ਮੈਂ ਤਾਂ ਨਾਲ ਕਰਵਾ ਰਹੇ ਹਾਂ। ਸਟੇਟਮੈਂਟ ਤਾਂ ਚਲੋ ਸਾਰਿਆਂ ਦੀ ਔਰ ਤੱਕ ਸੇਮ ਹੀ ਨੇ। ਬਸ ਫਾਰਮੂਲੇ 'ਚ ਫਰਕ ਆ। ਹੁਣ ਸਟਰਲਿੰਗ ਦਾ ਫਾਰਮੂਲਾ ਇਹ ਹੁੰਦਾ। ਇਹ ਫਾਰਮੂਲਾ ਹੈ ਕੀ ਆ? ਸਟਰਲਿੰਗ ਫਾਰਮੂਲਾ ਹੈ ਕੀ ਆ? ਇਹਦਾ ਪ੍ਰੂਫ ਚਲੋ ਫਾਰਮੂਲਾ ਹੈਗਾ ਆਪਣੇ ਕੋਲ ਪ੍ਰੂਫ ਦੇਖ ਲੈਣੇ ਆਪਾਂ। ਇਹਦਾ ਪ੍ਰੂਫ ਹੈਗਾ ਆਪਣੇ ਕੋਲ ਕੀ ਫਾਰਵਰਡ ਇਹ ਫਾਰਵਰਡ ਡਿਫਰੈਂਸ ਆ ਜੀ। ਇਹ ਬੈਕਵਰਡ ਡਿਫਰੈਂਸ ਆ। ਹੁਣ ਜੇ ਸਟਰਲਿੰਗ ਫਾਰਮੂਲਾ ਪ੍ਰੂਫ ਆ ਗਿਆ। ਪਹਿਲਾਂ ਫਾਰਵਰਡ ਤੇ ਬੈਕਵਰਡ ਫਾਰਮੂਲੇ ਆਪਣੇ ਅਪਰੂਵ ਕਰਨੇ ਨੇ ਇੱਕ ਅਪਰੂਵ ਕਰਨਾ ਫਾਰਮੂਲਾ ਦੂਜਾ ਸਿੰਪਲ ਆ ਲਿਖ ਦੇਣਾ ਉਸ ਤੋਂ ਬਾਅਦ ਫਿਰ ਅੱਗੇ ਅਪਰੂਵ ਕੀ ਕਰਨਾ ਇਹ ਦੋਨੇ ਘਟਕੇ ਦੋਨੇ ਇਹ ਦੋਨੋਂ ਐਡ ਕਰਨਾ ਜਸਟ ਇਹ ਦੋਨੇ ਐਡ ਕਰ ਦਵਾਂਗੇ ਆਪਾਂ ਐਡ ਕਰਕੇ ਜੋ ਆਪਣਾ ਆਨਸਰ ਆਊਗਾ ਉਹ ਸਟਰਲਿੰਗ ਫਾਰਮੂਲਾ ਹੋਊਗਾ ਇਹਨੂੰ ਐਡ ਕੀਤਾ ਹੋਇਆ ਜੀ ਦੋਨੋਂ ਐਡ ਟੂ ਐਫ ਐਕਸ ਆ ਗਿਆ ਇਹ ਦੋਨੇ ਐਡ ਕੀਤੇ ਹੋਏ ਨੇ बस कुछ टर्म्स ਆਪਾਂ ਚ ਸੋਲਵ ਕੀਤਾ ਹੈ ਰੀਅਰੇਂਜ ਕੀਤੀਆਂ ਹਈਆਂ ਨੇ ਇਹ ਟਰਮਸ ਰੀਅਰੇਂਜ ਕਰਕੇ ਆਪਣਾ ਫਾਰਮੂਲਾ ਬਣ ਜਾਵੇ ਬਸ ਇਹ ਫਾਰਮੂਲੇ ਨੇ ਮੇਨਟਾਰੇ ਵਿੱਚ ਕੁਐਸਚਨ ਤਾਂ तकरीबन ਸਾਰੇ ਸੌਖੀ ਨੇ ਇਹ ਸਾਰੇ ਫਾਰਮੂਲੇ ਆਪਾਂ ਯਾਦ ਰੱਖਣੇ ਹੈਗੇ ਨੇ ਤਿੰਨ ਫਾਰਮੂਲੇ ਆ ਗਏ ਚਾਰ ਫਾਰਮੂਲੇ ਹਜੇ ਹੋਰ ਪੜ੍ਹਨੇ ਆਪਣੇ ਨੂੰ ਕੁਐਸਚਨ ਦੀ ਸਮਝਾਉਂਦੇ ਕੁਐਸਚਨ ਕਰ ਰਹੇ ਹਾਂ ਕਿ ਕਿਵੇਂ ਕਰਨਾ 3.3 ਐਕਸਰਸਾਈਜ਼ ਦਾ ਤੀਸਰਾ ਕੁਸਚਨ ਆਪਣਾ ਤੀਸਰਾ ਕੁਸਚਨ ਇਹਦੇ ਵਿੱਚ ਆਪਾਂ ਨੂੰ ਗੋਸ ਬੈਕਵਰਡ ਡਿਫਰੈਂਸ ਲਾਉਣ ਵਾਸਤੇ ਕਿਹਾ ਕੁਸਚਨ ਦੇ ਵਿੱਚ ਕਿ ਬੈਕਵਰਡ ਡਿਫਰੈਂਸ ਨੂੰ ਪ੍ਰੂਵ ਕਰੋ ਤੇ ਉਹਨਾਂ ਨੇ ਵੈਲਿਊ ਫਾਈਂਡ ਕਰਨ ਵਾਸਤੇ ਕਿਹਾ ਈਅਰ 1964 ਇਹ ਪੋਪੂਲੇਸ਼ਨਸ ਨੇ ਕਿ 1939 ਦੇ ਪੋਪੂਲੇਸ਼ਨ ਨਹੀਂ ਸੀ ਇਹਦੇ ਵਿੱਚ 9000 ਸੀ ਇਹਦੇ ਵਿੱਚ 9000 ਸੀ ਪੋਪੂਲੇਸ਼ਨਸ ਗਿਵਨ ਨੇ ਆਪਾਂ ਨੂੰ ਤੇ ਆਪਾਂ ਫਾਈਂਡ ਕਰਨਾ ਕਿ 1964 ਦੇ ਵਿੱਚ ਪਾਪੂਲੇਸ਼ਨ ਕਿੰਨੀ ਸੀਗੀ ਬਸ ਤੁਸੀਂ ਪਹਿਲਾਂ ਡਿਸਾਈਡ ਕਰ ਲੈਣਾ ਕਿ ਜਿਹੜੀ ਵੈਲਿਊ ਆਪਾਂ ਪੁੱਛੀ ਹੈਗੀ ਐ ਨਿਊਟਰ ਫਾਰਵਰਡ ਵਾਂਗੂ ਹੀ ਆ 1964 ਇਚ ਲਾਈ ਕਰਦੀ ਆ 1964 ਇਚ ਲਾਈ ਕਰਦੀ ਆ ਤਾਂ ਉੱਪਰ ਵਾਲੀ ਨੂੰ ਆਪਾਂ ਨੇ ਐਕਸ ਨੋਟ ਮੰਨਣਾ ਹੈਗਾ ਜਿਹੇ ਫਾਰਵਰਡ ਡਿਫਰੈਂਸ ਸੀਗਾ ਔਰ ਇੱਕ ਕੋਰਸਪੋਂਡਿੰਗ ਵਾਈ ਨੋਟ ਆ ਜਾਏਗਾ ਬਸ ਜੇ ਵਾਈ ਨੋਟ ਆ ਜਾਏਗਾ ਹੁਣ ਕਿਵੇਂ ਧਿਆਨ ਰੱਖਣਾ ਇਹ ਵਾਈ ਨੋਟ ਹੋ ਗਿਆ ਇਸ ਤੋਂ ਇਹ ਸਾਰੇ ਜਿਹੜੇ ਵੈਲਿਊਜ਼ ਨੇ ये डेल्टा डी जी वैल्यू याद रखना किमें ये डेल्टा वाई नॉट होगा यह डेल्टा स्केयर वाई नॉट होगा यह डेल्टा क्यू वाई नॉट होगा यह डेल्टा फोर वाई नॉट होगा इस तो पीछे वैल्यू की आऊगी डेल्टा माइनस वन इस तो पिछे वैल्यू की होगी एक माइनस वन इस तो पिछे आएगी माइनस वन माइनस टू इस तो पिछे माइनस वन माइनस टू चलो ये वैल्यूज आप नाम दे लेने इन्होंने नाम दे लिए ਕਿਉਂਕਿ ਇਹ ਬੈਕਵਰਡ ਡਿਫਰੈਂਸ ਦਾ ਪਹਿਲਾ ਆ ਚਾਹੀਦਾ ਫਿਰ ਆ ਚਾਹੀਦਾ ਫਿਰ ਆ ਚਾਹੀਦਾ ਫਿਰ ਆ ਚਾਹੀਦਾ ਉਹ ਆਏਗੀ ਫਾਰਮੂਲਾ ਯਾਦ ਰੱਖਣਾ ਸੌਖਾ ਰਹੂਗਾ ਫਿਰ ਆਪਾਂ ਫਾਰਮੂਲੇ ਵਿੱਚ ਭਰਤੀ ਵੈਲਿਊ ਜੋ ਫਾਰਮੂਲੇ ਤਾਂ ਵੈਲਿਊ ਆ ਫਾਰਮੂਲਾ ਆਪਣੇ ਕੋਲ ਵੈਲਿਊ ਭਰਨ ਤੋਂ ਪਹਿਲਾਂ ਚਲੋ a ਤਾਂ ਲੱਗ ਗਿਆ ਆਪ ਨੂੰ ਪਤਾ ਸਾਰੇ ਟੇਬਲ ਚੋਂ ਦੇਖ ਕੇ y not ਵੀ ਪਤਾ ਹੁਣ p ਰਹਿ ਗਿਆ ਬਸ ਇਕੱਲਾ p ਕੱਢ ਲੈਣਾ ਆਪਾਂ p ਦੀ ਵੈਲਿਊ ਆਪ ਨੂੰ ਪਤਾ ਹੁੰਦੀ ਹੈ ਕੀ ਪੀ ਜਿਹੜਾ ਹੈਗਾ ਆਪਣੇ ਕੋਲ x x' h ਹੁੰਦਾ x ਜੋ ਆਪਾਂ ਫਾਈਂਡ ਕਰਨਾ ਹੈਗਾ x' ਆਪਾਂ ਹੁਣੀ ਗੱਲ ਕੀਤੀ ਹੈ ਇਹ ਉੱਪਰ ਵਾਲਾ ਆਪਾਂ x' ਲੈਣਾ ਹੁੰਦਾ ਇਹ x' ਹੋ ਗਿਆ h ਹੁੰਦਾ ਹੈਗਾ ਗੈਪ ਇਹਨਾਂ ਦਾ ਗੈਪ ਚੈੱਕ ਕਰਸ ਨੇ ਸਾਰਿਆਂ ਵਿੱਚ ਗੈਪ 10 10 ਦਾ ਗੈਪ ਇਹਨੂੰ ਸੋਲਵ ਕਰ ਲਿਆ ਆਪਾਂ ਇਹ ਪੀ ਆ ਗਿਆ ਬਸ ਜਸਟ ਸਾਰੀਆਂ ਪਰੇਚ ਵੈਲਿਊਸ ਭਰੀਆਂ ਨੇ ਇਹ ਵੈਲਿਊਸ ਭਰ ਕੇ ਇਹ ਸਾਰਾ ਸੋਲਵ ਕੀਤਾ ਜੋ ਆ ਗਿਆ ਆਪਣਾ ਆਨਸਰ ਸਿਰੋ ਇਦਾਂ ਇਹ ਕੁਐਸਚਨ ਸੋਲਵ ਕਰਨੇ ਹੈਗੇ ਨੇ ਤੇ ਤੁਸੀਂ ਇਹ ਕੰਮ ਕਰ ਲਿਓ ਜੇ ਕੋਈ ਪ੍ਰੋਬਲਮ ਹੋਈ ਤਾਂ ਪੁੱਛ ਲਿਓ ਜੀ ਥੈਂਕ ਯੂ